अस्सलाम वालेकुम जी नाज़रीन, की हाल चाल है तमाम दोस्तों का। मैं तुहाड़ा सजन दे मित्र अरबाज़ सादिक, ते अज असीं मौजूद आ बहरिया टाउन उस्ताद मलक सलीम साहब को, और माशाल्लाह क्या ही लैजेंडरी प्लेयर हैगे ने, क्या ही लैजेंडरी लोकेशन ते इन्हां दी छत हैगी है, कमाल दे कबूतरबाज़ कबूतरगर और कबूतर परवर ने। माशाल्लाह बड़ियां फतूहात इन्हां ने अपनी इस जिंदगी दे विच इस छत तो जिहड़ी कि जमीन ते हैगी है, छत बनी हुई कंस्ट्रक्ट जमीन ते कीती हुई है, बहुत जी फतूहात वेखियां। 2017 या 18 दे विच माशाल्लाह ऑल ओवर लाहौर दे चैंपियन भी होंदे ने विसाख दे विच, और इहो जी कई फतूहात इन्हां दी इस इन्हां दे इरा दे विच इन्हां ने अपने जिंदगी दी अपने कबूतर परवरी दी लाइफ दे विच वेखियां। ते माशाल्लाह कबूतर बहुत आला, बहुत ही आला, इन्ने तार कबूतर कि तुसीं शौक करोगे तो तुहानूं बड़ा मज़ा आएगा। दूसरी गल रही उस्ताद चेयरमैन साहब के शागिर्द है ने उस्ताद इम्तियाज हुसैन चेयरमैन साहब के, सी एम पी पार्टी है इन्हों, और अरसे दराज तो इस पार्टी ना मुंसलिक है ने, और उस्ताद चेयरमैन साहब की शागिर्दी हूँ उस्ताद भी ने, उन्होंने हथों ही उस्ताद हुए हैं। तो माशाल्लाह बड़ी कमाल की शख्सियत हैगी, बड़े नफीस इंसान ने, बड़े ही मोहतरम साढ़े दोस्त उस्मान भट्ट साहब ने इन्हों रैफर किया, तो असी इन्हों को हाजिर होए तो सानू मिल के बड़ी खुशी हुई। बड़े ही नफीस इंसान ने, बड़े सुलझे हुए इंसान ने, और तुहानू कबूतर भी इन्हां ते तुसीं वेखोगे तो बहुत ही सुलझे हुए कबूतर ने माशाल्लाह। चलिए चलिए हुण उस्ताद नाल ते गुफ्तगू दा सिलसिला शुरू करिए। अस्सलाम वालेकुम साहब जी। जी वालेकुम अस्सलाम। उस्ताद जी की हाल चाल है? जी अल्लाह दा फज़ल, शुक्र अल्लाह दा। सब तो पहले तो सानू दसो किस तरह शौक दे विच आंदे हो? शौक जी है बचपन च ही पैंदा, बचपन तो ही शौक सी, इत्थे आण के जरा मजील हो गया, उस्तादी शागिर्दी हो गई, तो उस तो बाद 400 चल हो गई। वाह वाह। पहले तो पिंडा च जिस तरह की कबूतरबाजी होंगी उस तरह की सी, जो फिर उस्तादी शागिर्दी हुई माशाल्लाह फिर अल्लाह ने बड़ी इज्जत दिती, उड्डे भी कबूतर लोगों नूं ला के भी वहाए माशाल्लाह, जेठ च भी डाए, क्या बात, सू भी डाया, उसाख भी डाया, चेतर भी डाया, बड़ी अल्लाह ने इज्जत दिती दोस्तों की दुआवां नाल। ਤੁਸੀਂ ਬੈਕ ਟੂ ਬੈਕ ਪਰਫਾਰਮੈਂਸਿਸ ਦੇ ਰਹੇ ਹੋ ਮਾਸ਼ਾਅੱਲਾ। ਜੀ ਇਨਸ਼ਾਅੱਲਾ, ਅੱਲਾਹ ਦੇ ਫਜ਼ਲ ਨਾਲ ਹਰ ਸਾਲ ਤੁਸੀਂ ਕੋਈ ਨਾ ਕੋਈ ਇਨਾਮਾਤ 'ਚ ਆ ਰਹੇ ਹੋ ਜੀ, ਭਾਵੇਂ ਕੋਈ ਵੀ ਸੀਜ਼ਨ ਹੋਏ। ਜੀ ਇਨਸ਼ਾਅੱਲਾ, ਅੱਲਾਹ ਦੇ ਫਜ਼ਲ। ਸਭ ਤੋਂ ਪਹਿਲੇ ਦੱਸੋ ਤੁਹਾਡੀ ਛੱਤ ਜ਼ਮੀਨ ਤੇ ਹੈਗੀ ਬਹਿਰੀਆ ਔਰਚਰਡ ਦੇ ਵਿੱਚ, ਇਸ ਤੋਂ ਪਹਿਲੇ ਕੀ ਕਿੱਥੇ ਲੋਕੇਸ਼ਨ ਹੈਗੀ ਸੀ ਜਾਂ ਪਹਿਲੇ ਕੀ ਰਿਜ਼ਲਟ ਹੈਗਾ ਸੀ? ਪਹਿਲੇ ਪਿੰਡ ਕਬੂਤਰ ਰੱਖੇ ਸਨ ਜ਼ਿਲ੍ਹਿਆਂ ਨੇ, ਅਤੇ ਉੱਥੇ ਫਿਰ ਪਿੰਡਾਂ 'ਚ ਬਾਜ਼ੀਆਂ ਉੱਡਦੀਆਂ ਨੇ ਜਿਸ ਤਰ੍ਹਾਂ ਦੀਆਂ ਕੱਪ ਉੱਡਦੇ ਨੇ, ਇੰਨੀ ਮਸ਼ਹੂਰੀ ਨਹੀਂ ਸੀ ਹੈਗੀ। ਉਸ ਤੋਂ ਬਾਅਦ ਇੱਥੇ ਆਰਚਰਡ ਆ ਗਏ, ਇੱਥੇ ਆਣ ਕੇ ਫਿਰ ਉਸਤਾਦੀ ਸ਼ਾਗਿਰਦੀ ਹੋ ਗਈ, ਉਸ ਤੋਂ ਬਾਅਦ ਕਬੂਤਰ ਵੀ ਉੱਡੇ ਅਤੇ ਦੁਨੀਆ ਵੀ ਵੇਖੇ, ਅਤੇ ਮਾਸ਼ਾਅੱਲਾ ਬੜਾ ਅੱਛਾ ਉਸਤਾਦਾਂ ਦੀਆਂ ਦੁਆਵਾਂ ਨਾਲ ਬੜੇ ਅੱਛੇ ਕਬੂਤਰ ਡਾਏ ਨੇ। ਕਿਹੜੇ ਬੰਦੇ ਤੋਂ ਮੁਤਾਸਰ ਹੋ ਕੇ ਤੁਸੀਂ ਇਸ ਸ਼ੌਕ ਨੂੰ ਅਪਣਾਇਆ ਕਿ ਯਾਰ ਮੈਂ ਇਸ ਸ਼ਖਸ ਤੋਂ ਬਹੁਤ ਮੁਤਾਸਰ ਹੈ ਸ਼ੌਕ ਦੇ ਵਿੱਚ? ਸੀਨੀਅਰ ਉਸਤਾਦ ਨੇ ਕਾਫ਼ੀ, ਜਿਨ੍ਹਾਂ ਦੇ ਨਾਂ ਲੈ ਸਕੀਏ ਦੇ ਲਾਹੌਰ ਦੇ ਵਿੱਚ ਬੜੇ ਸੀਨੀਅਰ ਉਸਤਾਦ ਨੇ, ਜਿਹੜੇ ਸਾਡੇ ਰੇਹ ਵੀ ਨੇ, ਸਾਡੇ ਸੱਜਣ ਵੀ ਨੇ, ਮੁਹੱਬਤ ਦੇ ਉਹਨਾਂ ਨਾਲ ਪਿਆਰ ਹੈ, ਅਤੇ ਬੜੇ ਬੜੇ ਨਾਂ ਨੇ ਜਿਸ ਤਰ੍ਹਾਂ ਕਿ ਨਦੀਮ ਮੁੱਲਾ ਤਾਰਾਂ ਵਾਲਾ ਹੈ, ਮੀਆਂ ਨਦੀਮ ਬਸ਼ੀਰ ਹੈ, ਮਲਕ ਯਾਸਰ ਰੀਮ ਖੋਖਰ ਹੈ, ਮਸਲਨ ਕਾਫ਼ੀ ਦੋਸਤ ਨੇ ਜਿਨ੍ਹਾਂ ਦੀ ਮਸ਼ਹੂਰੀ ਸੁਣ ਕੇ ਸਾਡਾ ਵੀ ਦਿਲ ਕੀਤਾ ਕਿ ਅਸੀਂ ਵੀ ਇਹੋ ਜਿਹੇ ਕਬੂਤਰ ਪਰਵਰ ਬਣੀਏ। ਮਾਸ਼ਾਅੱਲਾ ਇਹਨਾਂ ਨਾਲ ਬਾਜ਼ੀਆਂ ਵੀ ਲਾਈਆਂ, ਹਾਰਜੇ 'ਤੇ ਵੀ ਹੋਈ, ਜਿੱਤਦੇ ਵੀ ਰਹੇ, ਹਾਰਦੇ ਵੀ ਰਹੇ, ਅਤੇ ਮਜ਼ਾ ਆਇਆ ਇਹਨਾਂ ਨਾਲ ਕਬੂਤਰਬਾਜ਼ੀ ਕਰਨ ਦਾ। ਹਰ ਜਿੱਤ ਦਾ ਹੁਸਨ ਕੀ ਚੀਜ਼ ਹੈ ਉਸਤਾਦ ਜੀ ਤੁਹਾਡੇ ਨਜ਼ਦੀਕ? ਬਸ ਜੀ ਹੁੰਦਾ ਇਹ ਹੁਸਨ ਹੈ ਕਿ ਮੁਹੱਬਤ ਕਰੋ, ਕਬੂਤਰਾਂ ਨੂੰ ਹਰਾਓ, ਕਿਸਾਨ ਨੂੰ ਨਾ ਹਰਾਓ। ਹਾਏ ਹਾਏ, ਕਬੂਤਰ ਹੀ ਹਮੇਸ਼ਾ ਹਰਨ, ਕਿਸਾਨ ਨੂੰ ਉਹ ਮੁਹੱਬਤ ਕਰੋ, ਉਹ ਪਿਆਰ ਕਰੋ, ਕਿਉਂਕਿ ਰਈਫ ਹੀ ਤੁਹਾਡਾ ਸ਼ੌਕ ਕਰਾਉਂਦੇ ਨੇ, ਅਤੇ ਰਈਫ ਹੀ ਤੁਹਾਡੇ ਕਬੂਤਰਾਂ ਦਾ ਮਜ਼ਾ ਲੈਂਦੇ ਨੇ ਆਣ ਕੇ। ਜਦੋਂ ਕਬੂਤਰ ਉੱਤੋਂ ਜਿੱਤਵਾਰ ਤੁਹਾਡਾ ਆਉਂਦਾ ਜਾਂ ਤੁਹਾਡੇ ਮਾਲਵ ਦਾ ਆਉਂਦਾ, ਥੱਲੇ ਬੈਠੇ ਹੁਣ ਮਜ਼ਾ ਵੀ ਆਉਂਦਾ ਜੀ, ਮਾਸ਼ਾਅੱਲਾ ਉੱਡ ਗਿਆ। ਇੱਥੇ ਆਉਣ ਤੋਂ ਬਾਅਦ ਕੀ ਸਮਝਦੇ ਹੋ ਬਹਿਰੀਆ ਦੇ ਵਿੱਚ ਤੁਸੀਂ ਜਦੋਂ ਖੁੱਲ੍ਹੀ ਛੱਤ ਤੁਹਾਨੂੰ ਮਿਲ ਗਈ? ਪਹਿਲੇ ਪਿੰਡ 'ਚ ਛੋਟੀਆਂ ਜਗ੍ਹਾ ਹੁੰਦੀ ਹੈ, ਆਬਾਦੀ ਜ਼ਿਆਦਾ ਹੁੰਦੀ ਹੈ, ਇੱਥੇ ਖੁੱਲ੍ਹਾ ਡੁੱਲਾ ਮਾਹੌਲ ਹੈਗਾ, ਔਰ ਵੈਸੇ ਵੀ ਸਾਫ਼ ਸੁਥਰਾ, ਔਰ ਜ਼ਮੀਨ 'ਤੇ ਤੁਸੀਂ ਛੱਤ ਬਣਾਈ, ਕੀ ਸਮਝਦੇ ਰਿਜ਼ਲਟ 'ਚ ਚੇਂਜਿੰਗ ਆਈ ਹੈ? ਕਾਫ਼ੀ ਚੇਂਜਿੰਗ ਆਈ ਜੀ, ਹੁਣ ਤਾਂ ਰੈਸ਼ ਹੋ ਗਈ, ਜਦੋਂ ਅਸੀਂ ਇੱਥੇ ਕਬੂਤਰ ਰੱਖੇ ਸਨ ਨਾ ਕੋਈ ਘਰ ਨਹੀਂ ਸੀ ਲਾਗੇ, ਸਾਰੀਆਂ ਜ਼ਮੀਨਾਂ ਸਨ, ਸਾਰੀ ਉਹ ਯਾਰਡ ਸੀ, ਜੰਗਲ ਸੀ, ਅਤੇ ਦੋਸਤ ਆਉਂਦੇ ਸਨ ਅਤੇ ਉਹ ਕਹਿੰਦੇ ਸਨ ਯਾਰ ਤੁਸੀਂ ਤਾਂ ਜੰਗਲ 'ਚ ਮੰਗਲ ਬਣਾਇਆ, ਹੁਣ ਤਾਂ ਮਾਸ਼ਾਅੱਲਾ ਆਰਚਰਡ 'ਚ ਆਬਾਦੀ ਬੜੀ ਹੋ ਗਈ, ਤਕਰੀਬਨ 5-7 ਹਜ਼ਾਰ ਘਰ ਆ ਗਿਆ ਇੱਥੇ, ਹੁਣ ਤਾਂ ਲਾਹੌਰ ਬਣ ਗਿਆ ਨਵਾਂ, ਇੱਕ ਸ਼ਹਿਰ ਬਣ ਗਿਆ, ਪਹਿਲੇ ਸਾਰੀਆਂ ਜ਼ਮੀਨਾਂ ਸਨ,
ਆਬਾਦੀ ਨਹੀਂ ਸੀ ਹੈਗੀ। ਹੁਣ ਕਈ ਦੋਸਤ ਇੱਥੇ ਆਉਂਦੇ ਨੇ, ਉਹ ਵੇਖ ਕੇ ਬੜਾ ਮਜ਼ਾ ਲੈਂਦੇ ਨੇ, ਬੜਾ ਲੁਤਫ ਆਉਂਦਾ ਉਹਨਾਂ ਨੂੰ ਕਿ ਜ਼ਮੀਨ 'ਤੇ ਕਬੂਤਰ ਦੇ ਵੀ ਰੱਖੇ ਨੇ। ਇੱਥੇ ਬੈਰੀਆ 'ਚ ਰੱਖਣ ਨਹੀਂ ਨਾ ਕਬੂਤਰ ਦਿੰਦੇ ਉੱਤੇ, ਉਹ ਜਿੰਨਾ ਜੋੜੇ ਰੱਖੇ ਨੇ ਉਹ ਫਿਰ ਆਣ ਕੇ ਸਾਡੇ ਕੋਲ ਝੱਟ ਟਾਈਮ ਆਪਣਾ ਪਾਸ ਕਰ ਜਾਂਦੇ ਨੇ, ਨਾਲੇ ਮਜ਼ਾ ਲੈ ਜਾਂਦੇ ਨੇ, ਨਾਲੇ ਤਫਰੀਹ ਹੋ ਜਾਂਦੀ ਜੀ। ਅੱਛਾ, ਜ਼ਮੀਨ 'ਤੇ ਛੱਤ ਰੱਖਣ ਦਾ ਜਾਂ ਕੇਜਿਸ ਬਣਾਉਣ ਦਾ ਕੋਈ ਉਸਤਾਦ ਜੀ ਤੁਹਾਨੂੰ ਲੱਗਾ ਹੈ ਕਿ ਯਾਰ ਇਹਦਾ ਵਾਧਾ ਵੀ ਹੈਗਾ ਕਿਸੇ ਗੱਲੋਂ? ਵਾਧਾ ਕਾਫੀ ਹੋ ਜਾਂਦਾ ਜੀ, ਗੇੜੇ ਦਾ ਫਰਕ ਵੀ ਪੈ ਜਾਂਦਾ, ਗੇੜੇ ਦਾ ਹੀ ਫਰਕ ਪੈ ਜਾਂਦਾ। ਕਬੂਤਰ ਨੇ ਚਾਰ ਮੰਜ਼ਿਲ 'ਤੇ ਬਹਿਣਾ, ਇੱਕ ਨੇ ਜ਼ਮੀਨ 'ਤੇ ਆਣ ਕੇ ਬਹਿਣਾ, ਇਹ ਬੜਾ ਫਰਕ ਪੈ ਜਾਂਦਾ। ਨਾਲੇ ਆਹ ਪਰਿੰਦਾ ਐਸਾ, ਇਹਨੂੰ ਜਿੱਥੇ ਮਰਜ਼ੀ ਲਾ ਲਈਏ, ਇਹਨਾਂ ਨੂੰ ਖੂਹ 'ਚ ਤਾਰੀਏ ਉੱਥੇ ਵੀ ਉੱਤਰ ਜਾਂਦੇ ਨੇ, ਸਮਾਨ 'ਤੇ ਛੱਤਰੀ ਲਾ ਦੀ ਉੱਥੇ ਵੀ ਬੈਠ ਜਾਂਦੇ ਨੇ, ਦੀ ਆਦਤ ਬਣ ਜਾਂਦੀ। ਲੇਕਿਨ ਗੇੜੇ ਦਾ ਕੀ ਬੇਸਿਕਲ ਫਰਕ ਪੈਂਦਾ? ਗੇੜੇ ਦਾ ਪੈਂਦਾ ਕਿ ਜਿਹੜਾ ਕਬੂਤਰ ਉੱਚਾਈ 'ਤੇ ਛੱਤ ਬਣੀ ਉਹਨੇ ਉੱਚੇ ਆ ਕੇ ਦੋ ਮਿੰਟ ਪਹਿਲੇ ਬਹਿ ਜਾਣਾ, ਇਹਨਾਂ ਕੇ ਦੋ ਮਿੰਟ ਬਾਅਦ 'ਚ ਬੈਠ ਜਾਣਾ, ਬੇਸਿਕ ਰੀਜ਼ਨ ਹੈ ਜੀ। ਖੁੱਲ੍ਹਾ ਡੁੱਲਾ ਏਰੀਆ ਮਿਲਿਆ ਕਬੂਤਰਾਂ ਨੂੰ, ਅਤੇ ਉਹ ਤਾਂ ਝਾਂਜਰਾਂ ਪਾਉਂਦੇ ਹੋਣਗੇ, ਜੱਲੀਆਂ ਪਾਉਂਦੇ ਹੋਣਗੇ, ਜੋ ਤੁਸੀਂ ਟਰੈਵਲ ਕੀਤਾ ਹੋਣਾ ਇੱਥੇ ਆਏ ਹੋਣੇ। ਉੱਥੇ ਵੀ ਤੁਸੀਂ ਐਸ ਪਾਰਟੀ ਨਾਲ ਹੀ ਮਨਸਲਿਕ ਸੀ ਜੀ? ਉੱਥੇ ਵੀ ਐਸ ਪਾਰਟੀ ਚੇਅਰਮੈਨ ਸਾਹਿਬ ਦੇ ਸ਼ਗੀਰ ਸੀ। ਹੁਣ ਉਸਤਾਦ ਜੀ ਸਾਨੂੰ ਦੱਸੋ, ਇੱਥੇ ਦੀ ਤੁਹਾਡੀਆਂ ਕੀ ਫਤੂਹਾਤ ਰਹੀਆਂ ਨੇ ਬਾਜ਼ੀਆਂ ਦੀ ਵੀ ਅਤੇ ਟੂਰਨਾਮੈਂਟਸ ਦੀ ਵੀ, ਔਰ ਕਿਹੜੀ ਸੰਨ ਤੋਂ ਤੁਸੀਂ ਇਸ ਛੱਤ ਬਣਾ ਕੇ ਅਤੇ ਬਾਜ਼ੀਆਂ ਖੇਡਣਾ ਸ਼ੁਰੂ ਕਰਤੀਆਂ? ਭਲਵਾਨ ਜੀ, ਤਕਰੀਬਨ ਇੱਕ ਜੇਠ ਸਾਡਾ 73 ਘਰਾਂ ਨਾਲ ਬਾਜ਼ੀ ਸੀ, ਕਿ 83 ਘਰਾਂ ਨਾਲ ਬਾਜ਼ੀ ਸੀ, ਜਿਹਦੇ ਵਿੱਚੋਂ 4 ਘਰ ਤੋਂ ਅਸੀਂ ਹਰੇ ਸਾਂ ਅਤੇ ਦੂਸਰੇ ਘਰਾਂ ਸਾਰਿਆਂ ਨੇ ਵਿਨ ਕੀਤਾ ਸੀ। ਜੇਠ ਦੇ ਵਿੱਚ ਕਿਹੜਾ ਸੰਨ ਸੀ? ਜੇਠ ਦੇ ਵਿੱਚ ਤਕਰੀਬਨ ਮੇਰੇ ਹਿਸਾਬ 'ਚ 19 ਦੀ ਗੱਲ ਹੈ ਜਾਂ 18 ਦੀ ਗੱਲ ਹੈ, 18 ਦੀ ਲਾ ਲਓ, ਜਦੋਂ ਤੁਸੀਂ ਵਿਸਾਖ ਚੈਂਪੀਅਨ ਵੀ ਹੁੰਦੇ। 19 ਤਕਰੀਬ 19 ਦੀ ਗੱਲ ਹੈ, ਉਦੋਂ ਮਲਕ ਜੱਗਾ ਚੈਂਪੀਅਨ ਹੋਇਆ ਸੀ, 19 ਦੀ ਗੱਲ ਹੈ। ਉਦੋਂ ਸਾਡੀ ਇੰਨੇ ਘਰਾਂ ਨਾਲ ਬਾਜ਼ੀ ਸੀ, 83 ਘਰਾਂ ਨਾਲ ਜਾਂ 73 ਘਰਾਂ ਨਾਲ, ਗਾਲ ਬਲ ਮੈਨੂੰ ਯਾਦ ਨਹੀਂ, ਅਤੇ 4 ਘਰ ਤੋਂ ਅਸੀਂ ਹਰੇ ਸਾਂ। ਔਰ ਹੜੇ ਕਿਹੜੇ ਘਰਾਂ ਕੋ ਸੀ? ਹਰੇ ਸਾਂ ਅਸੀਂ ਮਲਕ ਬਸ਼ਰ ਤੋਂ ਹਰੇ ਸਾਂ, ਸਤਵੀ ਬਾਜ਼ੀ, ਅਤੇ ਦਰੀਸ ਕੰਡੇ ਵਾਲੇ ਤੋਂ ਹਰੇ ਸਾਂ, ਅਤੇ ਇੱਕ ਹੈਗੀ ਇੱਧਰ ਬੁਲੰਦੀ ਛੱਤ ਖਾਲਦ ਮਿਓ, ਉਹਦੇ ਕੋਲ ਸੱਤਵੀਂ ਬਾਜ਼ੀ ਹਰੇ ਸਾਂ, ਅਤੇ ਇੱਕ ਹੈ ਵੇ ਸਾਡੇ ਉੱਥੇ ਰੈਵਿੰਡ ਦੇ ਨਾਲ ਹੀ ਲੱਦੇ ਕੀ ਪਿੰਡ ਨਾਜ਼ਮ ਪੁਲਰ, ਨਾਜ਼ਮ ਸਾਰਿਆਂ ਕੋਲੋਂ ਸੱਤਵੀਂ ਬਾਜ਼ੀ ਹਰੇ ਸਾਂ। ਬਾਰਿਸ਼ ਆ ਗਈ ਸੀ 8:30 ਵਜੇ, ਅਤੇ ਸਾਡੇ ਕਬੂਤਰ 8:30 ਵਜੇ ਬਾਰਿਸ਼ 'ਚ ਬਹਿ ਗਏ ਸੀ, ਉਹਨਾਂ ਦੇ ਨੇੜੇ ਬੈਠੇ। ਉਹ ਫਿਰ ਏਰੀਏ ਦਾ ਵੀ ਫਰਕ ਪੈ ਜਾਂਦਾ ਨਾ? ਏਰੀਏ ਦਾ ਫਰਕ ਪੈ ਜਾਂਦਾ, ਕਿਉਂਕਿ ਸਾਡੇ ਕੋਲ ਬਾਰਿਸ਼ ਪਹਿਲੇ ਆਈ, ਉਹਨਾਂ ਕੋਲ ਬਾਅਦ 'ਚ ਆਈ, ਉਹ ਸਭ ਕੁਝ ਖਿੱਚ ਗਿਆ। ਮਾਸ਼ਾਅੱਲਾ ਉਹਨਾਂ ਵੀ ਬੜੇ ਅੱਛੇ ਕਬੂਤਰ ਡਾਇਸ, ਉਹਦੇ ਵਿੱਚ ਅਸੀਂ ਮਲਕ ਜੱਗੇ ਚੈਂਪੀਅਨ ਜਿਹੜਾ ਲਾਹੌਰ ਦਾ ਚੈਂਪੀਅਨ 19 ਹੋਇਆ ਸੀ, ਉਹਨੂੰ ਅਸੀਂ ਜਿੱਤੇ ਸਾਂ। ਸੱਤਵੀਂ ਅੱਛਾ, ਮਲਕ ਜੱਗੇ ਨੂੰ ਵੀ ਜਿੱਤਿਆ ਸੀ ਅੱਲਾ ਦੇ ਫਤਿਹ, ਉਦੋਂ ਚੈਂਪੀਅਨ ਹੋਏ ਸਨ। ਉਹਨਾਂ ਫਿਰ ਸੱਤਵੀਂ ਬਾਦੀ ਡਾਈ ਨਹੀਂ ਸੀ, ਉਹਨਾਂ ਨੂੰ ਮੌਸਮ ਖਰਾਬ ਦਾ ਪਤਾ ਸੀ, ਉਹਨਾਂ ਨੇ ਸੀ ਡਾਈ ਅਤੇ ਅਸੀਂ ਡਾਇ ਅਤੇ ਸਾਨੂੰ ਕਬੂਤਰ, ਇਸ ਵਜ੍ਹਾ ਤੋਂ ਸਾਡੇ ਦੁਆਰ ਗਿਆ। ਠੀਕ। ਅੱਛਾ ਉਸਤਾਦ ਜੀ, ਤੁਸੀਂ ਜਦੋਂ ਚੈਂਪੀਅਨ ਹੁੰਦੇ ਹੋ ਪੂਰੇ ਲਾਹੌਰ ਦੇ, ਉਦੋਂ ਕੀ ਸੂਰਤ ਹਾਲ ਸੀ? ਗਰਮੀ ਦਾ ਕੀ ਸੀਨ ਸੀ? ਕਿੰਨੇ ਵਜੇ ਕਬੂਤਰ ਬਹਿੰਦੇ ਆਏ ਸੀ? ਗਰਮੀ ਉਦੋਂ ਵੀ ਜੀ ਬਹੁਤ ਜ਼ਿਆਦਾ ਸੀ, ਜਦੋਂ ਅਸੀਂ ਸਾਫ ਚੈਂਪੀਅਨ ਹੋਏ ਹਾਂ, 3 ਐਤਵਾਰ ਸੀ, ਅਤੇ ਉਦੋਂ ਅਸੀਂ ਜਦੋਂ ਚੈਂਪੀਅਨ ਹੋਏ ਸਾਂ, ਉਦੋਂ ਉਸ ਦਿਨ ਵੀ ਬਹੁਤ ਗਰਮੀ ਸੀ, ਅਤੇ ਤਕਰੀਬਨ ਉਸ ਬਾਦੀ 'ਤੇ 77 ਘੰਟੇ ਬਣੇ ਸਨ, 77 ਘੰਟੇ ਬਣੇ। ਅੱਛਾ, ਲਾਹੌਰ 'ਚ ਜਿਹੜਾ ਵੀ ਬੰਦਾ ਭਾਵੇਂ ਕੋਈ ਸ਼ਹਿਰ 'ਚ ਵੀ ਹੈ ਨਾ, ਚੈਂਪੀਅਨ ਉਹ ਹੀ ਹੁੰਦਾ ਜਿਹਦਾ 70 ਘੰਟੇ ਦੇ ਉੱਤੇ ਘੰਟੇ ਹੋਣਾ ਜੀ। ਹੁਣ ਤਾਂ 80 ਘੰਟੇ ਦਾ ਹੋ ਗਿਆ ਜੀ, ਹੁਣ ਤਾਂ 80 ਘੰਟੇ ਦੇ ਨਜ਼ਦੀਕ, ਜਿੰਨੇ 75 ਦੇ ਉੱਤੇ ਜਾਣਾ ਉਹਨੇ ਚੈਂਪੀਅਨ ਹੋਣਾ, ਉਹਨੇ ਚੈਂਪੀਅਨ। 60 ਤੋਂ ਥੱਲੇ ਵਾਲੇ ਦਾ ਨੰਬਰ ਹੀ ਕੋਈ ਨਹੀਂ ਆਉਂਦਾ, ਕੋਈ ਨਾ ਉੱਤੇ ਉੱਤੇ ਵਾਲੇ ਦਾ ਨੰਬਰ ਆਉਂਦਾ, ਜਿੰਨੇ 4-5 ਵਜੇ ਪਹਿਲਾਂ ਬਣਾ ਭਾਵੇਂ। ਇਸੇ ਤਰ੍ਹਾਂ ਬਹੁਤ ਗਰਮੀ ਵੀ ਪੈ ਰਹੀ ਹੈ, ਬਹੁਤ ਜਦੀਦ ਕਬੂਤਰਬਾਜ਼ੀ ਹੋ ਗਈ ਲਾਹੌਰ ਦੀ, 80 ਸਾਫ ਜਿਹੜਾ 80 ਘੰਟਿਆਂ ਦੇ ਉੱਤੇ ਵਾਲੇ ਨੇ ਚੈਂਪੀਅਨ ਬਣਨਾ, ਥੱਲੇ ਵਾਲਾ ਸੋਚੇ ਵੀ ਨਾ, ਨੰਬਰਾਂ 'ਚ ਆ ਜਾਏਗਾ, 17 ਦੇ ਉੱਤੇ ਵਾਲਾ ਨੰਬਰਾਂ 'ਚ ਆ ਜਾਏਗਾ, ਚੈਂਪੀਅਨ ਨਹੀਂ ਬਣ ਸਕਦਾ, ਚੈਂਪੀਅਨ ਨਹੀਂ ਬਣ ਸਕਦਾ। ਚੈਂਪੀਅਨ ਬਣਨ ਵਾਸਤੇ ਤੁਸੀਂ ਮਾਸ਼ਾਅੱਲਾ ਐਕਸਪੀਰੀਅੰਸ ਤਜਰਬਾਕਾਰ ਬੰਦੇ ਹੈਗੇ ਹੋ, ਔਰ ਬੜੀ ਅਰਸੇ ਦਰਾਜ਼ ਤੋਂ ਬਚਪਨ ਤੋਂ ਕਬੂਤਰਬਾਜ਼ੀ ਕਰ ਰਹੇ ਜੀ, ਕੀ ਸਮਝਦੇ ਹੋ ਚੈਂਪੀਅਨ ਬਣਨ ਵਾਸਤੇ ਕੀ ਐਸੇ ਉਹ ਸਤੂਨ ਨੇ, ਮੇਨ ਉਹ ਬੇਸਿਕ ਰੂਲਸ ਹੈਗੇ ਨੇ ਜਿਨ੍ਹਾਂ ਨੂੰ ਬੰਦਾ ਫੋਲੋ ਕਰਕੇ, ਜਿਨ੍ਹਾਂ ਨੂੰ ਬੰਦਾ ਵੇਖ ਕੇ ਅਤੇ ਚੈਂਪੀਅਨ ਬਣ ਸਕਦਾ? ਟੀਮ ਵਰਕ ਜੀ ਅੱਛਾ ਹੋਵੇ, ਕਬੂਤਰਾਂ ਦੀ ਪ੍ਰੈਕਟਿਸ ਪੂਰੀ ਕਰਾਈ ਹੋਵੇ, ਨਸਲੀ ਕਬੂਤਰ ਹੋਣ, ਅੱਛੇ ਦੋਸਤ ਤੁਹਾਡੇ ਨਾਲ ਹੋਣ, ਖਾਲਸ ਖਲੂਸ ਤੁਹਾਡਾ ਹੋਵੇ, ਉਹਨਾਂ ਨਾਲ ਮੁਹੱਬਤ ਹੋਵੇ, ਅਤੇ ਅੱਲਾਹ ਦੇ ਫਜ਼ਲ ਨਾਲ ਕਬੂਤਰ ਤੁਹਾਡੇ ਅੱਛੇ ਨੇ, ਪ੍ਰੈਕਟਿਸ ਅੱਛੀ ਕਰਾਈ ਅਤੇ ਤੁਹਾਨੂੰ ਚੈਂਪੀਅਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਆਇਆ, ਵਾਹ ਵਾਹ ਵਾਹ, ਟੀਮ ਜ਼ਰੂਰੀ ਹੈ, ਟੀਮ ਸਭ ਤੋਂ ਜ਼ਰੂਰੀ ਹੈ।
जिन्ने मर्जी अच्छे कबूतर लाए हो तुसीं टीम नहीं तो कुछ भी नहीं, टीम अच्छी है तो तुहाडे कबूतर नॉर्मल भी अच्छे। तुहाडी इत्थे टीम च किन्ने कु बंदे है किन्ने उन्हां दे नाम भी लवो ना। साडी टीम च काफ़ी बंदे सन पहले दा ते हुण असीं सिर्फ दो ही बंदे हाँ। अच्छा, एक मैं हाँ ते एक अवैस खट्टी है, मेरा शगिर्द पोतरा शगिर्द भी है ते यह भी एक महीने तो हम मेहनत मेरे नाल कर रहा, पहले साढ़े नाल आया सी, साडा दोस्त भी सी, बड़ा प्यारा सी, सीनियर उस्ताद भी सी, मियाँ यूनस लुधियाणी वाला वो फौत हो गया, अल्लाह ताला उन्हें जन्नतुल फिरदौस जगह दे, आमीन। उनकी कामयाबी सानू साढ़े जितने वास्ते उनकी बड़ी मेहनत सी, बड़ा उनकी जद्दोजहद सी। देखो ना यहो जे दोस्तों नूं याद करना चाहिए। होर सन कई विच साढ़े दोस्त अरशद सी मुंडा, कोई बेचारा फौत हो गया, इस तरह के काफ़ी साढ़े दोस्त अच्छे सन, रैविड नूं काफ़ी दोस्त हैल्प करते ने, नाल मदद करते ने, मेरे शगिर्द भी ने, खास करके मियाँ यूनस साहब की बहुत मेहनत सी कबूतरबाजी के, मेरे को तकरीबन 12-13 साल इतने कबूतर से रहे ने, नौकरी भी करते रहे ने, ते बड़े अच्छे कबूतर परवर सन, कबूतर बाद बड़े तगड़े सन, क्या वाह, कबूतर के नाल कबूतर हो जाते सन, तो मेहनत तो लगन बड़ी शौक बड़ा ही उन्होंने शौक बड़ा से। हाँ, मियाँ नजीर साहब के थके भतीजे सन, अपने चाचे के जो शिगिरे सन मियाँ इफ्तार साहब के, उन्होंने ही उस्तादी दी थी उन्होंने, बड़े कारीगर कबूतर बस। भाई कबूतर किन्ने परसेंट अच्छा होना चाहिए, जेठ या गर्मी उड़ना तुसी ते? 100% जी कबूतर अच्छा, कबूतर अच्छा है तो कबूतर बाजी अच्छी। अगर तुहानू फन कबूतर कबूतर डाने ही नहीं आते तो फिर जीरो, फिर कबूतर भी जीरो, जेठ जी फिर जीरो, भावें तुहाडा कबूतर 110% अच्छा तो तुम कबूतर फन नहीं डाण ही आती वो तो बस जीरो, लक्का ही लक्का ही दाना पा चे ढोल के बाजे उड के आवेगा तो संभना नहीं, जब तुम उन्होंने पलट के डा नहीं सकते हो आवेगा खराब हो जाएगा। बेसिक रूल्स की ने कबूतर जरा उड़ान का फन है, इन बेसिक रूल्स की समझते हो कि यार शुरुआत इस तरह होनी चाहिए और यह मराहल तो लंघ के बंदा फिर कबूतर बाज बनता है? जेड़ा जी कबूतर डाने जानता है तो कबूतर परवर भी हो ही है, कबूतर बाद भी उन्हें बनना, तो हूँ अक्सर दोस्त ने साढ़े भरा ने सीनियर भी ने कि छोटे ने साढ़े तो बहरों आते ने आ के कबूतर रख लेंगे ने मुलाजम रख लेंगे ने मजे लेंगे ने, उन्होंने कोई मजा नहीं है कबूतरबाजी का। कबूतरबाजी वो जिन्हें अपने हाथ ना करनी है तो जिन्हें हाथ है अपने दाना पानी करना है, सही सामने ने जिन्हें आए वेखना है फट के वेखना कि मेरा कबूतर इस गर्मी से आया जो डाया से इनका वजन कि आया तो कि वजन है, वजन पूरा किमें करना। कल भी असं एक जगह पर बैठे से यही गल हो रही थी कि जड़ा बंदा हत्थी करता असल कबूतरबाज हो ही उन्हें ही अगे जाना, उन्हें ही अगे जाना, सही गल है, उन्हें ही अपने शौक न बधाना। अच्छा उस्ताद जी की फन हैगा कबूतर नू भरना, कबूतर नू संभालना या कबूतर नू प्रैक्टिस चो लिया के सूई दे नक्के चो लिया के बाजियां ते कर लियाना, की फन हैगा? फन नहीं है जी, उन्दी खुराक अच्छी करो जिवें जिवें उड़दा जाए, अक्सर साढ़े दोस्त ने कई वो कबूतर डाई जांदे ने एंड दे जाके खुराक करदे ने जदों चिड़ी बन जांदा। हाँ, कबूतर जो 2-3 घंटे तुम्हें लादा है खुराक शुरू कर दो रूटीन के मुताबिक थोड़ी थोड़ी दिखती जो वजूद बनता रहे हों मुकम्बल हों रहे। अक्सर यह सवाल असं भी किया ना कि खुराक कदों देनी चाहिए, तो दोस्तों भरावान जो लाहौर ज़्यादा है उन्होंने यही कहा कि यार जो कबूतर बिल्कुल स्मार्ट हो विठा मारन लग पे चिटिया चिटिया जिन्होंने चर्बी की विठा भी कहा जाता उदो खुराक देना चाहिए उदो कबूतर सही लगती। एक उस्ताद सी रैमड दे उस्ताद शाकर, उन्होंने आ गल की थी बड़े अरसे पहले पिछले साल, बल्कि मैं कहा उस्ताद कदों खुराक शुरू करनी चाहिए, उन्होंने कहा कि यार खुराक उदों देनी चाहिए जो तुहाडा कबूतर अपना टाइम ही बता दे, फर्ज करो ना कि 12 बजे रोज़ बह रहा तो हूँ उन्होंने परसों तो शुरू कर दी फिर तो 2 बजे दियाँ 3 बजे दियाँ असं फिर उन्होंने खुराक ला दें, कबूतर की बिल्कुल जीरो पावर नहीं करनी चाहिए। ਤੁਹਾਡੇ ਨਜ਼ਦੀਕ ਹੈ ਕੀ ਚੀਜ਼ ਹੈ? ਸਾਡੇ ਨਜ਼ਦੀਕ ਆ ਜੀ ਅਸੀਂ ਤਾਂ ਸਾਡੇ ਕਬੂਤਰ ਅਕਸਰ ਜਿਹੜਾ ਦੂਰੀ ਤੀਸਰੀ ਡਾਣ ਲੰਮੀ ਡਾਣ ਦਿੰਦਾ, ਕਈ ਦੋਸਤਾਂ ਦੇ ਕਬੂਤਰ ਨੇ ਵਾਸਤਾ ਸੌੜਦੇ ਹੁੰਦੇ ਸਾਡੇ ਕਬੂਤਰ ਜਿਹੜੇ ਨੇ ਨਾ
ਇਹ ਤਕਰੀਬਨ ਪਹਿਲੀ ਡਾਂਡ ਦੂਜੀ ਡਾਂਡ ਤੀਜੀ ਡਾਂਡ ਆਪਣੇ ਟਾਈਮ 'ਤੇ ਚਲੇ ਜਾਂਦੇ ਨੇ। ਜਦੋਂ ਸਾਡਾ ਕਬੂਤਰ ਜਿਹੜੇ ਸਾਡੇ ਕੋਲ ਨੇ, ਅਸੀਂ ਆਪਣੇ ਕਬੂਤਰਾਂ ਦੀ ਗੱਲ ਕਰਨਾ, ਜਿਹੜੇ ਸਾਡੇ ਕਬੂਤਰ ਨੇ ਨਾ, ਜਦੋਂ 3 ਘੰਟੇ ਤੋਂ ਜ਼ਿਆਦਾ ਉੱਡਣ ਲੱਗ ਪੈਂਦੇ ਨੇ, ਅਸੀਂ ਖੁਰਾਕ ਸ਼ੁਰੂ ਕਰ ਦਿੰਦੇ ਹਾਂ। ਹੋਰੋਂ ਨਹੀਂ ਖੁਰਾਕ ਨਾ ਕਰੀਏ ਫਿਰ ਇਹ ਜਿਹੜੇ ਨਾ ਜ਼ਾਇਆ ਹੋਣੇ ਸ਼ੁਰੂ ਹੋ ਜਾਂਦੇ ਨੇ, ਇਹਨਾਂ ਦੀ ਨਾਲੋਂ ਨਾਲ ਹੀ ਅਸੀਂ ਖੁਰਾਕ ਸ਼ੁਰੂ ਕਰ ਦਿੰਦੇ, ਤਾਕਤ ਬਾਹਰ ਰੱਖਦੇ ਹਾਂ, ਫਿਰ ਆ ਵਾਪਸੀ ਉਹਨਾਂ ਇਹਨਾਂ ਦੀਆਂ ਟਿਕਟਾਂ ਹੁੰਦੀਆਂ, ਫਿਰ ਵਾਪਸੀ ਪੁਖਤਾ ਹੋ ਜਾਂਦੀ ਹੋ ਜਾਂਦੀ। ਅਕਸਰ ਮੈਂ ਤੁਹਾਨੂੰ ਅੱਗੇ ਦੱਸਿਆ ਕਈ ਕਈ ਐਂਡ ਦੇ ਖੁਰਾਕ ਦਿੰਦੇ ਨੇ, ਉਧਰੋਂ ਪੱਕੀਆਂ ਫੜਕਾਂ ਆ ਜਾਂਦੀਆਂ ਨੇ, ਗਰਮੀ ਜ਼ਿਆਦਾ ਆ ਜਾਂਦੀ, ਉਸ ਵੇਲੇ ਫਿਰ ਕਬੂਤਰ ਥੱਲੇ ਲਗਾਉਂਦਾ, ਖੁਰਾਕ ਦਾ ਪੈਦਾ ਖੁਰਾਕ ਨੂੰ ਨਾਲੋ ਨਾਲ ਦੇਣਾ ਚਾਹੀਦਾ। ਸੀਨੀਅਰ ਸਟਾਫ ਉਸਤਾਦ ਚਾਕਰ ਵੀ ਬੜਾ ਪੁਰਾਣਾ ਕਬੂਤਰ ਬਾਦ ਹੈ, ਬੜਾ ਅੱਛਾ ਆਦਮੀ, ਬੜੇ ਪਿਆਰ ਮੁਹੱਬਤ ਵਾਲਾ ਜੀਏ ਅਤੇ ਮਹਿਮਾਨ ਨਵਾਜ ਬੜਾ, ਅਤੇ ਆਪੋ ਆਪਣੀ ਉਹਨਾਂ ਦੀ ਕਬੂਤਰਬਾਜ਼ੀ। ਅਸੀਂ ਕਬੂਤਰ ਨੂੰ ਜਦੋਂ 3 ਘੰਟੇ ਕਬੂਤਰ ਉੱਡਾ ਹੁੰਦਾ ਨਾ, ਅਸੀਂ ਉਦੋਂ ਸ਼ੁਰੂ ਕਰ ਦਿੰਦੇ 2 ਗੋਲੀਆਂ ਦੀ ਸ਼ੁਰੂ ਕਰ ਦਿੰਦੇ। ਸ਼ੁਰੂ 2 ਗੋਲੀਆਂ ਦੀ ਕਰੀ ਜਾਂਦੀ, 2 ਗੋਲੀਆਂ ਅਤੇ ਫਿਰ ਅੱਗੇ ਮੈਕਸੀਮਮ ਕਿਹੜੇ ਕਿੰਨੀ ਗੋਲੀਆਂ ਖਵਾਈਆਂ ਹੋਈਆਂ ਜਨਾਬ? ਕਬੂਤਰ ਨੂੰ ਨਾਗੇ ਵਾਲੇ ਦਿਨ ਅਸੀਂ ਜਿਹੜੀ ਸਾਡੀ ਗੋਲੀ ਹੁੰਦੀ ਹੈ ਨਾ, ਤਕਰੀਬਨ ਲੋਕਾਂ ਨਾਲੋਂ ਕਾਫੀ ਵੱਡੀ ਹੁੰਦੀ ਹੈ, ਸਾਰੇ ਉਸਤਾਦ ਹੀ ਖੁਰਾਕ ਦਿੰਦੇ ਨੇ, ਅਤੇ ਅਸੀਂ ਜਿਹੜੀ ਉਹਨੂੰ 18 ਤੋਂ 20 ਗੋਲੀਆਂ ਉਹਨੂੰ ਨਾਗੇ ਵਾਲੇ ਦਿਨ ਹਜ਼ਮ ਕਰਾ ਦਿੰਦੇ ਹਾਂ। ਇਹ 10 ਉਹਨੂੰ ਸੁਬਹਾ ਦੇਣੀਆਂ ਨੇ 4 ਵਜੇ ਖੁਰਾਕਾਂ, ਉਹ ਅਸੀਂ 10 ਵਜੇ ਤੀਕਰ ਆਉਂਦੀਆਂ ਅਤੇ ਚੈੱਕ ਕਰਦੀਆਂ, 10 ਵਜੇ ਫਿਰ 5 ਦੇ ਦੇਣੀਆਂ ਨੇ, ਅਤੇ ਜਿਸ ਵੇਲੇ ਦਾਣਾ ਪਾਉਣਾ 1 ਵਜੇ, ਉਸ ਵੇਲੇ 10-15 ਮਿੰਟ ਪਹਿਲੇ ਚੈੱਕ ਕਰ ਲੈਣਾ ਜੀ ਹੈ ਨੇ ਠੀਕ ਹੈ, ਜੇ ਲੈ ਗਿਆ ਤਾਂ 5 ਖੁਰਾਕਾਂ ਦੇ ਕੇ ਅੱਗੇ ਉਹਦੇ ਦਾਣਾ ਰੱਖ ਦੇਣਾ। ਵਾਹ, 20 ਗੋਲੀਆਂ ਅਸੀਂ ਨਾਗੇ ਵਾਲੇ ਦਿਨ ਖਵਾ ਦਿੰਦੇ ਸੁਬਹਾ ਤੋਂ ਲੈ ਕੇ 1 ਵਜੇ ਤੱਕ, ਜਿਹੜਾ ਉੱਡ ਕੇ ਆਇਆ ਉਹ ਨਹੀਂ ਗਿਣੀਆਂ, ਉਹ ਤਾਂ ਖੋਣੀਆਂ ਹੀ ਖੋਣੀਆਂ ਨੇ, ਜਿਹੜੀਆਂ ਨਾਗੇ ਵਾਲੇ ਦਿਨ ਸੁਬਹਾ 4 ਤੋਂ ਲੈ ਕੇ 12 ਵਜੇ ਤੱਕ 1 ਵਜੇ ਤੱਕ ਗੋਲੀਆਂ ਬਾਬਾ ਠੀਕ ਠਾਕ ਹੁੰਦੀਆਂ, ਬਾਬਾ ਠੀਕ ਠਾਕ ਹੁੰਦੀਆਂ, 2 ਪੋਟੇ ਦੇ ਕਰੀਬ ਗੋਲੀ ਹੁੰਦੀ। ਉਸਾਈ ਕਬੂਤਰ ਬਾਜ਼ੀਆਂ ਫਿਰ ਤਾਂ ਖਾ ਚੁੱਕਿਆ, ਬਾਜ਼ੀਆਂ ਨਜ਼ਦੀਕ ਆ ਗਈਆਂ, ਸਾਨੂੰ ਕਿਵੇਂ ਪਤਾ ਲੱਗੇਗਾ ਕਬੂਤਰ ਤਿਆਰ ਹੈ, ਉਹਨਾਂ ਬਾਜ਼ੀਆਂ ਉੱਡ ਸਕਦਾ? ਫਨਕਾਰੀ ਤਾਂ ਇਹੀ ਹੈ ਨਾ, ਕਬੂਤਰ ਜਦੋਂ ਆਣ ਕੇ ਬਹਿੰਦਾ ਤੁਹਾਨੂੰ ਉਦੋਂ ਦੱਸਦਾ ਕਿ ਮੈਂ ਪਰਸੋਂ ਉੱਡਾਂਗਾ, ਕਈ ਕਬੂਤਰ ਨੇ ਤੁਹਾਡੇ ਆਣ ਕੇ ਬਹਿੰਦੇ ਨੇ ਅਤੇ ਉਹ ਟਾਈਮ ਜ਼ਿਆਦਾ ਲੈ ਲੈਂਦੇ ਨੇ ਸਾਂਭਣ ਦੇ ਵਿੱਚ, ਥੱਕ ਜਾਂਦੇ ਨੇ ਜਾਂ ਬਾਦਲ ਨੂੰ ਮੁਕਾ ਲੈਂਦੇ ਨੇ, ਥਕਾਵਟ ਜ਼ਿਆਦਾ ਮਹਿਸੂਸ ਕਰਦੇ ਨੇ, ਉਹ 3-4 ਘੰਟੇ ਤੁਹਾਡਾ ਲੈ ਜਾਂਦਾ ਕਬੂਤਰ, ਉਹਨੂੰ ਅਸੀਂ ਪਿੱਛੇ ਕਰ ਦਿੰਦੇ ਹਾਂ, ਜਿਹੜਾ ਕਬੂਤਰ ਫਰੈਸ਼ ਬਹਿੰਦਾ ਜਲਦੀ ਤਿਆਰ ਹੋ ਜਾਂਦਾ, ਉਹਨੂੰ ਬਾਜ਼ੀ ਵਾਸਤੇ ਜੇਠ ਵਾਸਤੇ ਅੱਗੇ ਲਈ ਜਾਵੇ। ਉਹ ਕਿਹੜੇ ਕਬੂਤਰ ਨੇ, ਜਾਂ ਉਹ ਬਲੱਡ ਵਾਈਜ਼ ਐਸੇ ਨੇ ਜਾਂ ਉਹ ਪੁਆਇੰਟਸ ਵਾਈਜ਼ ਐਸੇ ਨੇ, ਕਿਹੜੇ ਕਬੂਤਰ ਨੇ ਜਿਹੜੇ ਆ ਕੇ ਵੀ ਫਿਟਨੈਸ 'ਚ ਬਹਿੰਦੇ ਨੇ ਭਾਵੇਂ ਸ਼ਾਮ ਨੂੰ ਹੀ ਬੈਠੇ ਨੇ, ਔਰ ਅਗਰ ਉਹ ਥੋੜ੍ਹਾ ਫਿਟਨੈਸ 'ਚ ਨਹੀਂ ਵੀ ਬੈਠੇ ਅਤੇ ਉਹਨਾਂ ਨੇ ਬਾਲ ਜਲਦੀ ਹੋ ਜਾਣਾ, ਉਹਨਾਂ ਦੇ ਕੀ ਐਸੇ ਪੁਆਇੰਟ ਨੇ, ਕੀ ਉਹਨਾਂ 'ਚ ਬਲੱਡ ਹੈ, ਉਹ ਕੀ ਟਕਨੀਕ ਹੈਗੀ ਹੈ ਉਸ ਕਬੂਤਰ ਦੇ ਮਗਰ? ਕਬੂਤਰ ਜੀ ਇੱਕੋ ਹੀ ਚੱਲਦੇ ਆਉਂਦੇ ਨੇ, ਟੈਡੀ ਅਤੇ ਗੋਲਡਨ ਕਬੂਤਰ ਨੇ, ਅਤੇ ਇੱਕ ਮਗਰ ਅਤੇ ਟੈਡੀ ਚੱਲਦੇ ਆਉਂਦੇ ਨੇ, ਇਹ ਚੱਲਦੇ ਆਉਂਦੇ ਨੇ, ਟੈਡੀ ਹਰ ਕਬੂਤਰ 'ਚ ਅਟੈਚੇ ਦੇ, ਜਿਹੜਾ ਗੋਲਡਨ ਅਤੇ ਟੈਡੀ ਦਾ ਕਰਾਸ ਹੈ ਮਾਸ਼ਾਅੱਲਾ, ਘੋੜਿਆਂ ਦਾ ਹੀ ਉੱਡਦੇ ਨੇ ਅਤੇ ਘੋੜਿਆਂ ਦਾ ਹੀ ਬਹਿੰਦੇ ਨੇ ਮਾਸ਼ਾਅੱਲਾ, ਮਤਲਬ ਕਿ ਨਸਲ ਤੇ ਗੱਲ ਆ ਕੇ ਮੁੱਕਦੀ, ਨਸਲ ਤੇ ਗੱਲ ਆ ਕੇ, ਕਰੋਸ ਇਹਨਾਂ ਦੋਨਾਂ ਦਾ ਬੈਸਟ ਹੈ ਜੀ, ਬੈਸਟ। ਪਾਣੀ ਦੀ ਕੋਈ ਰੂਟੀਨ ਰੱਖਦੇ ਉਸ ਜੀ ਗਰਮੀ 'ਚ? ਪਾਣੀ ਤਕਰੀਬਨ ਘੰਟੇ ਘੰਟੇ ਬਾਅਦ ਜ਼ਿਆਦਾ ਤੋਂ ਜ਼ਿਆਦਾ 1.5 ਤੋਂ 2 ਘੰਟੇ ਦੇ ਘੰਟੇ ਬਾਅਦ ਬਹੁਤ ਜ਼ਰੂਰੀ ਪਾਣੀ ਕਬੂਤਰ ਨੂੰ। ਸਹੀ, ਗਰਮੀ ਤੁਸੀਂ ਐਤਕੀ ਵੀ ਫੇਸ ਕੀਤੀ ਹੈ, ਐਤਕੀ ਵੀ ਤੁਹਾਡੇ ਬਹੁਤ ਅੱਛੇ ਕਬੂਤਰ ਉੱਡੇ ਨੇ, ਸਾਖ ਦੇ ਵਿੱਚ ਆਪਣਾ ਕੀ ਰੂਟੀਨ ਰਹੀ ਹੈ, ਕੀ ਰਿਜ਼ਲਟਸ ਰਹੇ ਨੇ? ਡਾਂ ਦੇ ਅਸੀਂ ਰਹੇ ਹਾਂ ਅਤੇ ਸੀਜ਼ਨ ਨਹੀਂ ਉੱਡੇ, 22 ਵਾਲਾ ਪੂਰਾ ਸੀਜ਼ਨ ਹੀ ਨਹੀਂ। ਅੱਛਾ, ਪੂਰਾ ਸੀਜ਼ਨ ਨਹੀਂ ਉੱਡੇ? ਪੂਰਾ ਸੀਜ਼ਨ ਨਹੀਂ ਉੱਡੇ, ਫੜਕਾਂ ਲੈਂਦੇ ਰਹੇ ਹਾਂ। ਫੜਕਾਂ ਤੁਸੀਂ ਲੈਂਦੇ? ਮੇਰੇ ਕੋਲ ਬੰਦਾ ਨਹੀਂ ਸੀ ਆਇਆ, ਬੰਦਾ ਜਿਹੜਾ ਤੁਹਾਨੂੰ ਦੱਸਿਆ ਇਹਨਾਂ ਮੀਆਂ ਯੂਨਸ ਸਾਹਿਬ ਸਨ, ਤਾਂ ਉਹਨੇ ਤਬੀਅਤ ਠੀਕ ਨਹੀਂ ਸੀ ਆਇਆ, ਅਸੀਂ ਫਿਰ ਫੜਕਾਂ ਲੈਂਦੇ ਰਹੇ ਹਾਂ ਅਤੇ ਬਾਜ਼ੀਆਂ 'ਚ ਹਿੱਸਾ ਨਹੀਂ ਲਿਆ, ਪਾਣੀ ਲਿਆ, ਅਤੇ ਮਾਸ਼ਾਅੱਲਾ ਬੜੇ ਅੱਛੇ ਕਬੂਤਰ ਵੇਂਦੇ ਰਹੇ, ਅਤੇ ਰਿਜ਼ਲਟ ਤਾਂ ਬਾਜ਼ੀ 'ਚ ਹੀ ਆਉਂਦਾ ਜਾਂ ਕੱਪ 'ਚ ਹੀ ਆਉਂਦਾ। ਸਹੀ ਗੱਲ, ਜਦੋਂ ਮੂਸਾ ਬੈਠਾ ਹੋਵੇ ਥੱਲੇ ਉਹ ਰਿਜ਼ਲਟ ਹੁੰਦਾ, ਅਤੇ ਵੈਸੇ ਮਾਸ਼ਾਅੱਲਾ ਬਿਹਤਰੀਨ ਹੈ, ਵੈਸੇ ਬਿਹਤਰੀਨ। ਅੱਛਾ, ਨੈਕਸਟ ਈਅਰ ਦੀ ਕੀ ਪਲੈਨਿੰਗ ਹੈਗੀ? ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਦੇ ਨਾਲ, ਥੋੜ੍ਹਾ ਜਿਹਾ ਛੱਤ ਦਾ ਮਸਲਾ ਸੀ, ਛੱਤ ਅਸੀਂ ਚੇਂਜ ਕਰਨ ਲੱਗੇ ਹਾਂ ਇੱਥੋਂ, ਪਲਾਟਿੰਗ ਹੋ ਗਈ ਡੇਰੇ ਦੀ, ਅਤੇ ਜੇ ਇਨਸ਼ਾਅੱਲਾ 2 ਮਹੀਨੇ ਸਾਡੇ ਗੁਜ਼ਰ ਗਏ ਇੱਥੇ, ਇਹ ਸੀਜ਼ਨ ਅਸੀਂ ਜੇਠ ਇੱਥੇ ਹੀ ਡਾਵਾਂਗੇ,
ਤੇ ਇਸ ਤੋਂ ਅਗਲਾ ਜੇਠ ਇਨਸ਼ਾਅੱਲਾ ਅਸੀਂ ਸਾਥੋਂ ਨਾਲੋਂ ਨਾਲ ਤਿਆਰੀ ਕਰ ਲਾਂਗੇ ਇਨਸ਼ਾਅੱਲਾ। ਮਹਾਰਾਜ ਦੇ ਵਿੱਚ ਅਸੀਂ ਡੇਰਾ ਸ਼ੁਰੂ ਕਰਨ ਲੱਗੇ। ਉਹ ਕਿਹੜੀ ਜਗ੍ਹਾ ਬਣਾਓਗੇ? ਉਹ ਇਨਸ਼ਾਅੱਲਾ ਕੋਸ਼ਿਸ਼ ਹੈ ਸਾਡੀ ਕਿ ਐਜੂਕੇਸ਼ਨ ਸਿਟੀ ਐਜੂਕੇਸ਼ਨ ਏਰੀਆ ਟਾਊਨ ਲੱਦੇਗੀ, ਉਧਰ ਅਸੀਂ ਸ਼ੁਰੂ ਕਰਨ ਲੱਗੇ ਡੇਰਾ ਇਨਸ਼ਾਅੱਲਾ ਮਾਰਚ ਅਪ੍ਰੈਲ 'ਚ। ਤੇ ਆਉਂਦਾ ਜੇਠ ਉੱਥੇ ਡਾਵਾਂਗੇ। ਆਹ ਅੱਲਾ ਦੇ ਫਜ਼ਲ ਨਾਲ ਜੇ ਛੱਤ ਇੱਥੋਂ ਚੇਂਜ ਨਾ ਹੋਈ ਤੇ ਇਨਸ਼ਾਅੱਲਾ ਆਹ ਇੱਥੋਂ ਡਾਵਾਂਗੇ। ਕਬੂਤਰ ਜਿਹੜੇ ਤੁਸੀਂ ਰੱਖੇ ਨੇ ਜ਼ਿਆਦਾ ਮੀਆਂ ਸਾਹਿਬ ਵਾਲੇ ਜਾਂ ਚੋਈ ਸਾਹਿਬ ਵਾਲੇ ਨੇ? ਜੀ ਜ਼ਿਆਦਾ ਉਹ। ਇਹ ਕਬੂਤਰਾਂ ਦੀ ਸਿਲੈਕਸ਼ਨ ਕਿਉਂ ਕੀਤੀ ਦੂਸਰੇ ਕਬੂਤਰਾਂ ਨਾਲੋਂ? ਜਦੋਂ ਮੀਆਂ ਸਾਹਿਬ ਵਾਲੇ ਤੇ ਚੌਧਰੀ ਸਾਹਿਬ ਵਾਲੇ ਕਬੂਤਰ ਆਪਸ ਵਿੱਚ ਟੱਚ ਕਰੀਦੇ ਨੇ, ਇਹਨਾਂ ਦਾ ਬਹੁਤ ਅੱਛਾ ਰਿਜ਼ਲਟ ਆ ਜਾਂਦਾ। ਬੜਾ ਪ੍ਰਵਾਦੀ ਵੀ ਰਿਜ਼ਲਟ ਆ ਜਾਂਦਾ ਤੇ ਅੱਗੇ ਜੋੜਿਆਂ 'ਚ ਵੀ ਬਹੁਤ ਅੱਛਾ ਜਦੋਂ ਆਪਸ 'ਚ ਲਾਈਦੇ। ਆਪਸ 'ਚ ਲਾਈ। ਦੁਨੀਆਂ ਦੇ ਕਬੂਤਰ ਤੁਸੀਂ ਵੇਖਿਆ, ਇਹਨਾਂ ਕਬੂਤਰਾਂ 'ਚ ਕਿਉਂ ਰਹੇ ਹੋ ਹਾਲੇ ਤੱਕ? ਇਹਨਾਂ ਵਰਗਾ ਮਜ਼ਾ ਹੀ ਕਿਸੇ ਕਬੂਤਰਾਂ 'ਚ ਨਹੀਂ ਹੈ। ਲੋਕਾਂ ਦੇ ਕਬੂਤਰ ਨੇ ਉਹ ਇੱਕ ਦਿਨ 9 ਵਜੇ ਬਹਿੰਦੇ ਨੇ, ਦੂਜੇ ਦਿਨ 9:30 ਬਹਿੰਦੇ ਨੇ, ਫਿਰ 10 ਤੇ ਜਾਂਦੇ ਨੇ। ਇਹ ਅੱਲਾ ਦੇ ਫਜ਼ਲ ਨਾਲ 2-4 ਦਿਨ ਇਹਨਾਂ ਨੂੰ ਛੱਡੋ ਆਪਣੇ ਟਾਈਮ 'ਤੇ ਗਏ, 4th-5th ਫੜਕਦੇ ਆਪਣੇ ਟਾਈਮ 'ਤੇ ਸ਼ਾਮ 'ਤੇ ਚਲੇ ਜਾਂਦੇ, ਭਾਵੇਂ ਗਰਮੀ ਜੋ ਵੀ ਪੈ ਰਹੀ ਜੋ ਵੀ ਪੈ ਰਹੀ। ਤੁਹਾਡੇ ਜਿਹੜੇ ਇੱਥੇ ਚੈਂਪੀਅਨ ਹੁੰਦੇ ਆਏ ਨੇ ਉਹ ਕਬੂਤਰਾਂ ਦਾ ਵੀ ਸਾਨੂੰ ਸ਼ੌਕ ਕਰਾਉਣਾ ਹੈ ਤੁਸੀਂ। ਹੁਣ ਜਿਹੜੇ ਮੰਗਵਾਏ ਨੇ ਉਹ ਕਿਹੜੇ ਮੰਗਵਾਏ ਨੇ ਕਬੂਤਰ? ਜਿਹੜੇ ਅਸੀਂ ਆ ਜੇਠ ਦੇ ਕਬੂਤਰ ਡਾਂਦੇ ਰਹੇ ਹਾਂ। ਅੱਛਾ, ਉਹ ਮੰਗਵਾਏ? ਠੀਕ ਹੋ ਗਿਆ। ਲੋ ਜੀ ਦੋਸਤੋ, ਤੁਹਾਨੂੰ ਅਸ਼ੋਕ ਕਰਵਾਉਣੇ ਉੱਡੇ ਕਬੂਤਰਾਂ ਦਾ, ਅਤੇ ਨਾਲ ਨਾਲ ਉਸਤਾਦ ਹੋਰਾਂ ਕੋਲ ਬਰੀਡਿੰਗ ਕਬੂਤਰ ਹੈ ਤਾਂ ਥੋੜ੍ਹੇ ਨੇ, 40-45 ਜੋੜੇ ਹੈਗੇ ਨੇ ਤਕਰੀਬਨ, ਲੇਕਿਨ ਉਹ ਗਜ਼ਬ ਦੇ ਕਬੂਤਰ ਹੈਗੇ ਨੇ ਮਾਸ਼ਾਅੱਲਾ। ਤੁਹਾਨੂੰ ਸ਼ੋਕ ਕਰਕੇ ਵੀ ਮਜ਼ਾ ਆਏਗਾ, ਮੈਂ ਜ਼ਰਾ ਸੈਟਿੰਗ ਕਰ ਲਵਾਂ ਜੀ। ਉਸਤਾਦ ਮੋਹਤਰਮ, ਹੁਣ ਸਾਨੂੰ ਦੱਸੋ ਕਿਹੜੇ ਕਬੂਤਰਾਂ ਤੋਂ ਆਗਾਜ਼ ਕਰਨ ਲੱਗੇ? ਉਹ ਜੀ ਟੈਡੀ ਕਬੂਤਰ ਹੈ, ਇਹ ਟੈਡੀ ਦੇ ਡੱਬ ਵਾਲਿਆਂ ਦਾ ਕ੍ਰਾਸ ਹੈ। ਜਿਹੜਾ ਮੇਰੇ ਹੱਥ 'ਚ ਇਹ ਕਿਹੜਾ? ਇਹ ਟੈਡੀ ਕਬੂਤਰ ਹੈ, ਚੋਈ ਸਾਹਿਬ ਵਾਲਾ ਔਰ ਮੀਆਂ ਸਾਹਿਬ ਵਾਲਾ ਕ੍ਰੋਸ ਹੈਗਾ। ਚੇਅਰਮੈਨ ਸਾਹਿਬ ਵਾਲੀ ਮਾਦੀ ਸਾਡੇ ਕੋਲ, ਇਹ ਉਹਦੀ ਨਸਲ ਚੱਲਦੀ ਆਉਂਦੀ ਹੈ ਅੱਗੇ ਉਹਦੀ ਹੁੰਦੀ ਲਾਇਆ। ਲੋ ਜੀ ਦੋਸਤੋ, ਮੀਆਂ ਨਜ਼ੀਰ ਸਾਹਿਬ ਵਾਲੇ ਕਬੂਤਰ, ਮੀਆਂ ਨਜ਼ੀਰ ਸਾਹਿਬ ਵਾਲੇ ਸਲਾਰੇ ਕਬੂਤਰ ਨੇ, ਅਤੇ ਚੋਈ ਸਾਹਿਬ ਵਾਲੇ ਕਲਸਰੇ ਕਲਦੁੰਬੇ। ਔਰ ਐਤਕੀ ਵਿਸਾਖ ਦੀਆਂ ਵੀ ਫੜਕਾਂ ਨੇ ਲਿੱਤੀਆਂ, ਜੇਠ ਦੀਆਂ ਫੜਕਾਂ ਲਿੱਤੀਆਂ ਇਸ ਕਬੂਤਰ ਨੇ। ਕਿਆ ਬਾਤ ਸਹੀ! ਕਬੂਤਰ ਤੁਹਾਡੇ ਬੜੇ ਤਰ ਨੇ ਅਤੇ ਬੜੇ ਮੁਲਾਇਮ ਕਬੂਤਰ ਨੇ, ਇਹਦੀ ਕੀ ਖਾਸ ਵਜ੍ਹਾ ਹੈਗੀ ਹੈ ਸਾਨੂੰ ਦੱਸੋ ਜ਼ਰਾ? ਕਬੂਤਰ ਨੇ ਆਪਣੀ ਮੁਲਾਇਮੀਅਤ 'ਤੇ ਉੱਡਣਾ ਹੋਣਾ। ਨਹੀਂ ਨਹੀਂ, ਤੁਸੀਂ ਰਾਜ਼ ਨਾ 'ਚ ਨਾ ਰੱਖੋ ਕੰਮ ਸਾਨੂੰ, ਸਾਨੂੰ ਦੱਸੋ। ਰਾਜ਼ ਕੋਈ ਨਹੀਂ ਰੱਖਦੇ ਅਸੀਂ, ਅਸੀਂ ਇਹਨਾਂ ਨੂੰ ਨਵਾਈ ਬਹੁਤ ਦਿੰਦੇ ਹਾਂ। ਸਿਰਫ ਨਵਾਈ ਨਾ ਨਹੀਂ ਉਸਤਾਦ ਜੀ, ਕੰਮ ਹੁੰਦਾ ਨਵਾਈ ਦੇ ਰਹੇ ਹਾਂ, ਅਤੇ ਬਾਕੀ ਤੁਸੀਂ ਖੁਦ ਜਾਣਦੇ ਹੋ। ਅਸੀਂ ਤਾਂ ਉਸਤਾਦ ਜੀ ਨਿਦਾਨ ਹੈਗੇ ਹਾਂ, ਸਾਨੂੰ ਤੁਸੀਂ ਦੱਸਣਾ, ਸਾਨੂੰ ਪਤਾ ਲੱਗਣਾ। ਯਾਰ ਕਿਆ ਬਾਤ ਆ, ਮਾਸ਼ਾ ਮੋਸਟ ਯੂਨੀਕ ਪਰਿੰਦਾ ਇਹਨਾਂ ਸਾਰਿਆਂ ਨੂੰ ਜ਼ਿਆਦਾ ਉੱਡਦਾ ਇਹੀ ਰਿਹਾ। ਕਾਫੀ ਹੋਰ ਵੀ ਹੈਗੇ ਤੁਹਾਨੂੰ ਸ਼ੌਕ ਕਰਾਉਣੇ ਆ। ਕਬੂਤਰ ਲਿਆਈ ਜਾਣੇ ਤੁਸੀਂ ਦਸਤੀ ਦਸਤੀ? ਇਹਨਾਂ ਨੂੰ ਪਰਲੇ ਨਾਲ ਛੱਡੀ ਜਾਣਾ, 4-4 ਵਾਲੇ ਪਿਓਰ ਮੀਆਂ ਸਾਹਿਬ ਵਾਲਾ ਨਹੀਂ ਆ, ਟੈਡੀ ਦੇ ਡੱਬ ਵਾਲਿਆਂ ਦਾ ਕ੍ਰਾਸ ਆ ਜਾਂਦਾ। ਟੈਡੀ ਦੇ ਡੱਬ ਵਾਲਿਆਂ ਦਾ ਫਿਲਹਾਲ ਤੁਸੀਂ ਇਹਨਾਂ ਨੂੰ ਖੱਪੇ ਪਾ ਕੇ ਉਡਾ ਰਹੇ ਹੋ? ਉਡਾ ਰਹੇ ਹਾਂ, ਡੇਢ ਉਡਾ ਰਹੇ ਹਾਂ। ਹੁਣ 2 ਦਿਨ ਹੋ ਗਿਆ ਰੋਕਿਆ, ਬੈਰੀ ਬਹੁਤ ਨੁਕਸਾਨ ਕਰਦੀ। ਲੋ ਜੀ ਦੋਸਤੋ, ਖੂਬਸੂਰਤੀਆਂ ਵੇਖੋ ਇਹਨਾਂ ਦੀਆਂ, ਰੋਜ਼ ਉੱਡਦੇ ਪਏ ਨੇ ਔਰ ਇਹ ਮਹਿਸੂਸ ਨਹੀਂ ਹੋਏਗਾ ਕਿ ਤੁਹਾਨੂੰ ਉੱਡਦੇ ਪਏ ਨੇ ਕਬੂਤਰ, ਇੰਨੇ ਸਾਫ਼ ਸੁਥਰੇ। ਸਰ ਜੀ ਇਹਦੀ ਵੀ ਕੀ ਵਜ੍ਹਾ ਦੱਸ ਦਿਓ ਸਾਨੂੰ, ਅੱਜ ਦੱਸ ਦਿਓ, ਅਸੀਂ ਵੀ ਇਹੋ ਜਿਹੇ ਕਬੂਤਰ ਬਾਜ਼ੀ ਕਰਨੀ। ਭਗਵਾਨ ਦੀ ਵਜ੍ਹਾ ਤੁਹਾਨੂੰ, ਅਸੀਂ ਵੀ ਇਹੋ ਜਿਹੇ ਕਬੂਤਰ ਰੱਖ ਰਹੇ ਨੇ ਜਿਹੜੇ ਮੁਲਾਇਮ ਹੋਣ, ਤਾਰ ਹੋਣ ਅਤੇ ਨਾ ਗੰਦੇ ਹੁੰਦੇ ਹੋਣ। ਰੱਖਣ ਵਾਲੇ ਬਣੋ ਕਬੂਤਰ ਫੜੇ, ਇਹ ਕੋਈ ਤਰੀਕਾਕਾਰ ਨਹੀਂ ਤੁਸੀਂ ਦੱਸ ਰਹੇ ਸਾਨੂੰ? ਤਰੀਕਾਕਾਰ ਤੁਹਾਨੂੰ ਕਬੂਤਰ ਦੇ ਦਿੰਦੇ ਨੇ, ਜਾ ਕੇ ਨਾਲ ਲਾਓ ਅਤੇ ਇਹੋ ਜਿਹੇ ਇਹਨਾਂ ਦੇ ਬੱਚੇ ਨਿਕਲਣ ਦਿਓ, ਵੀ ਅੱਗੋਂ ਇਹੋ ਜਿਹੇ ਨਿਕਲਣ ਦਿਓ। ਉਸਤਾਦ ਜੀ ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਕਬੂਤਰ ਸਾਡੇ ਕੋਲ ਆ ਗਏ ਇਹੋ ਜਿਹੀ ਸਾਫ਼ ਸੁਥਰਾਈ ਨਹੀਂ ਸਾਡੇ ਕੋਲ ਨਹੀਂ। ਨਵਾਈ ਦਿਓ ਨਾ, ਨਵਾਈ ਦਿਓ ਇਹਨਾਂ ਨੂੰ, ਸਰੋਂ ਤੋਰੀਆ ਜ਼ਿਆਦਾ ਪਾਓ। ਸਰੋਂ ਅਤੇ ਤੋਰੀਆ, ਸਰੋਂ ਤੋਰੀਆ ਦੇਖੋ ਇਹਨਾਂ ਦੋਨਾਂ ਨੂੰ ਜ਼ਿਆਦਾ ਇਹ ਉੱਡਦਾ ਰਹੇ, ਦੋਵੇਂ ਉੱਡਦੇ ਰਹੇ ਨੇ, ਉਹ ਜ਼ਰਾ ਇਹਨਾਂ ਦੇ ਮਜ਼ਬੂਤ ਹੈ, ਇਹ ਬੱਚਾ ਉਹ ਗੁਫਤਾਰ ਦੀਆਂ ਫੜਕਾਂ ਖਾਧੀਆਂ ਨੇ, ਹੁਣ ਜਵਾਨ ਹੋਇਆ।
ਇਹਦੇ ਵੇਲੇ ਤੋਂ ਡੱਬ ਵਾਲਾ ਨਜ਼ਰ ਨਹੀਂ ਆ ਰਿਹਾ। ਹਾਂ ਅੱਛਾ, ਐਸੀ ਮੇਕਿੰਗ ਕਰ ਦਿੰਦੇ ਨੇ ਉਹ ਵੀ ਉਸਤਾਦ ਇਮਤਿਆਜ਼ ਹੁਸੈਨ ਚੇਅਰਮੈਨ ਸਾਹਿਬ, ਕਬੂਤਰ ਲੁਕ ਜਾਂਦਾ ਜਿਹੜਾ ਬੈਕ 'ਚ ਹੁੰਦਾ। ਅੱਛਾ, ਪਰਾਂ ਦੀ ਲੈਂਥ ਵੀ ਬੜੀ ਬਣਾ ਗਿਆ ਹੈ ਅੱਗੇ, ਉਹ ਕਿੱਡੇ ਵੱਡੇ ਸਾਈਜ਼ ਦਾ ਸੀ ਇਹਦੇ ਨਾਲੋਂ, ਹੁੰਦੀ ਹੈ ਲੈਂਥ ਨਹੀਂ ਸੀ। ਵੈਸੇ ਕੁਆਲਿਟੀਜ਼ ਹੋਣੀਆਂ ਕੀ ਚਾਹੀਦੀਆਂ ਨੇ ਕਬੂਤਰ ਦੇ ਵਿੱਚ? ਇਹ ਛੱਡ ਉਹਦੇ ਦੋ ਲੈ। ਸਾਹਮਣੇ ਕਮਰਾ ਸੀ, ਇਹ ਬੱਚਾ ਨਿਕਲ ਗਿਆ ਸੀ ਪਹਿਲੇ ਦਿਨ, 8 ਦਿਨਾਂ ਬਾਅਦ ਆਇਆ ਸੀ ਤੇ ਕਮਰੇ ਦੇ ਵਿੱਚ ਵੜਿਆ ਸੀ, ਆਉਂਦਾ ਸੀ ਇੱਧਰੋਂ ਇੰਜ ਨੂੰ ਗੁਜ਼ਰ ਜਾਂਦਾ ਸੀ, ਇੱਧਰੋਂ ਇੰਜ ਨੂੰ ਗੁਜ਼ਰ ਜਾਂਦਾ, ਬਹਿੰਦਾ ਨਹੀਂ ਸੀ। 8ਵੇਂ ਦਿਨ ਫਿਰ ਇੱਧਰੋਂ ਜਦੋਂ ਗੁਜ਼ਰਿਆ ਸ਼ਾਮ ਵਾਲੇ ਕਮਰੇ 'ਚ ਵੜ ਗਏ ਇਹ, ਫਿਰ ਉਸ ਤੋਂ ਬਾਅਦ ਨਹੀਂ ਡਾਇਆ, ਬੜਾ ਬਿਮਾਰ ਹੋ ਗਿਆ ਅਤੇ ਹੁਣ ਤਾਂ ਮਾਸ਼ਾਅੱਲਾ ਵੱਡਾ ਕਬੂਤਰ ਹੈ ਇਹਦੇ। ਇਹ ਵੀ ਟੈਡੀ ਹੈ, ਕਾਫੀ ਚੋਰ ਲੈ ਰਹੇ। ਲੇਕਿਨ ਉਸਤਾਦ ਜੀ ਕਿਆ ਬਾਤ ਹੈ ਇਸ ਕਬੂਤਰ ਦੀ, ਲੋਏ ਦੋਸਤੋ ਇਹਦੀ ਮਾਂ ਮੀਆਂ ਰੂਪ ਸਾਹਿਬ ਕੋਲੋਂ ਆਉਂਦੀ ਸੀ। ਇਹ ਕਬੂਤਰ ਵੇਖੋ ਕਿੱਡੀ ਪੱਕੀ ਨੋਕ ਦਾ ਕਬੂਤਰ ਹੈਗਾ, ਜਾਮਨੀ ਨੋਕ ਦਾ ਕਬੂਤਰ ਹੈਗਾ, ਖੁਸ਼ਕ ਨੋਕ ਕਹਿੰਦੇ ਯਾਰ। ਵਾਹ 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 ਉਸਤਾਦ ਜੀ, ਬਹੁਤ ਹੀ ਆਲਾ ਚਿਹਰੇ ਦਾ ਇਹਦਾ ਸਟਾਈਲ ਵੇਖੋ, ਕਿਸ ਕਿਸਮ ਦਾ ਇਹਦਾ ਚਿਹਰਾ ਹੈਗਾ, ਅੱਖ 'ਚ ਲਾਲ ਗਈ। ਕਰੋਸ ਹੈ ਉਸਤਾਦ ਜੀ? ਓਰੀਜਨਲ ਟੈਡੀ? ਵਾਹ ਵਾਹ ਵਾਹ, ਮੈਨੂੰ ਉਹਦੇ ਅੰਦਰ ਚਿਹਰਾ ਹੀ ਨਹੀਂ ਭੁੱਲਦਾ ਵਾ, ਕਿੱਡੀ ਖੁਸ਼ਕ ਨੋਕ ਹੈਗੀ। ਨੋਕ ਔਰ ਪੰਜੇ ਸਾਰੀ ਖੁਸ਼ਕ ਹੀ ਹੋਣਾ ਚਾਹੀਦੀ। ਉਸਤਾਦ ਹੋਰਾਂ ਨੇ ਗੱਲਾਂ ਗੱਲਾਂ 'ਚ ਇੱਕ ਬੜਾ ਵੱਡਾ ਪੁਆਇੰਟ ਦੇ ਦਿੱਤਾ, ਅਸੀਂ ਜਿਹੜੇ ਵੀ ਜੋੜੇ ਲਾਏ ਨੇ ਉਡਾ ਕੇ ਲਾਏ ਨੇ, ਕੁੰਡੇ ਇਹਨਾਂ ਦੇ ਬਹੁਤ ਅੱਛੇ ਸਟ੍ਰੈਚੀ ਕੁੰਡੇ ਨੇ, ਬਗਲ ਦਾ ਚੜਾਓ ਵੇਖੋ, ਬਗਲ ਕਿੱਥੇ ਚੜੀ ਹੋਈ ਹੈ ਮਾਸ਼ਾਅੱਲਾ। ਔਰ ਹੱਥ 'ਚ ਆ ਕਿੱਡਾ ਸੋਹਣਾ ਕਬੂਤਰ ਬੈਠਾ ਹੋਇਆ, ਕੁਛ ਕਬੂਤਰ ਬੜੀਆਂ ਮਸਤੀਆਂ ਕਰਦੇ ਨੇ, ਲੇਕਿਨ ਇਹ ਕਬੂਤਰ ਕਿਆ ਬਾਤ ਹੈ ਯਾਰ, ਬਹੁਤ ਜ਼ਿਆਦਾ ਤਾਰ ਕਬੂਤਰ ਹੈਗਾ। ਮਜ਼ਾ ਆ ਗਿਆ, ਦਿਲ ਨਹੀਂ ਕਰ ਰਿਹਾ ਮੈਂ ਉਸਤਾਦ ਹੋਰਾਂ ਨੂੰ ਪੜਾਵਾਂ ਕਬੂਤਰ, ਕਹਿੰਦੇ ਨਹੀਂ ਲੱਗੀ ਨਹੀਂ ਨਾ ਰਿਹਾ ਵੀ, ਇਹ ਵੀ ਨਾ ਰਿਹਾ, ਇਹ ਵੀ ਜੋੜਿਆ ਹੋਣਾ ਨਾ ਰਹੇ, ਥੋੜ੍ਹਾ ਜਿਹਾ ਕਮਜ਼ੋਰ ਹੋ ਗਿਆ। ਉਸਤਾਦ ਹੋਰਾਂ ਨੇ ਟੈਡੀਆਂ ਦੀ ਵਾਫਰ ਮਕਦਾਰ ਰੱਖੀ ਹੈਗੀ, ਚੋਈ ਸਾਹਿਬ ਵਾਲੇ ਵੀ ਵਾਫਰ ਨੇ ਔਰ ਮੀਆਂ ਸਾਹਿਬ ਵਾਲੇ ਵੀ ਵਾਫਰ ਨੇ, ਇਹ ਇਨਸਾਨ ਨੇ ਜੀ। ਤੁਹਾਡੇ ਕੋਲ ਇਨਸਾਨ ਜਾਂ ਟੈਡੀ ਫਰਕ ਨੇ, ਜਾਂ ਸ਼ਾਇਦ ਤੁਸੀਂ ਇਹਨਾਂ ਨੂੰ ਉਡਾਉਂਦੇ ਰਹੇ ਹੋ, ਜਾਂ ਤੁਹਾਡੇ ਛਾਵੇਂ ਨਹੀਂ ਹੈਗੇ? ਅਸੀਂ ਹੁਣ ਵੀ ਉਡਾਉਣੇ ਇਹਨਾਂ ਨੂੰ, ਜੋੜੇ ਇੱਧਰੋਂ ਜੋੜੇ ਖਤਮ ਕੀਤੇ ਇਹਨਾਂ ਨੂੰ, ਬਾਹਰ ਕੱਢ ਦੀ ਟਾਪੇ। ਇੱਕ ਮਿੰਟ ਕੈਮਰੇ 'ਚ ਦੱਸਣਾ, ਮੈਂ ਅਸੀਂ ਜੋੜੇ ਵਾਲੇ ਆ ਵੇਖੋ ਨਾ, ਜਾਲ ਪੱਟੇ ਨੇ, ਜੋੜੇ ਖਤਮ ਕੀਤੇ ਨੇ, ਲਹਿਦਾ ਕੀਤੀਆਂ ਮਾਦੀਆਂ ਦੇ ਨਾਲ ਲਹਿਦਾ ਕੀਤੇ ਨੇ, ਹੁਣ ਵੀ ਅਸੀਂ ਇਹਨਾਂ ਨੂੰ ਬਾਹਰ ਕੱਢਦੇ ਨੇ, ਧੁੱਪੇ ਆਪਣੀ ਮਸਤੀ ਕਰਦੇ ਰਹਿੰਦੇ ਨੇ, ਠੱਪਾ ਮਾਰਦੇ ਰਹਿੰਦੇ ਨੇ, ਬੰਨ ਕੇ ਛੱਡਦੇ ਉਸ ਤਰ੍ਹਾਂ ਹੀ, ਇਸੇ ਤਰ੍ਹਾਂ ਹੀ ਟਿਕੇ ਨੇ ਇੱਥੇ ਆ, ਕਈ ਜਿਹੜੇ ਜ਼ਿਆਦਾ ਉੱਡਣ ਲੱਗ ਪੈਂਦੇ ਉਹਨਾਂ ਨੂੰ ਕੱਪੇ ਪਾਜਦੇ, ਜਿਹੜਾ ਥੋੜ੍ਹਾ ਉੱਡਦੇ ਨੇ ਉਹਨਾਂ ਨੂੰ ਵੈਸੇ ਛੱਡ ਦਿੰਦੇ। ਉਸਾਈ ਕਿਹੜੇ ਉਸਤਾਦ ਤੁਸੀਂ ਜੋੜੇ ਵਾਲੇ ਕਬੂਤਰ ਡਾ ਰਹੇ ਹੋ, ਮਾਰਨ ਨਾਲ ਇਹ ਬਿਹਤਰ ਕਿ ਧੁੱਪੇ ਬਹਿ ਗਏ, ਤੁਹਾਨੂੰ ਕੋਈ ਖੌਫ ਨਹੀਂ, ਦੁਨੀਆ ਤੇ ਕਹਿੰਦੀ ਕਿ ਯਾਰ ਇਹਨੂੰ ਅੰਦਰ ਵਾਲੇ ਕਮਰੇ ਰੱਖ ਕੇ ਆਈ, ਤੁਸੀਂ ਜੋੜਿਆਂ ਵਾਲੇ ਡਾ ਰਹੇ ਹੋ, ਕੁਝ ਨਹੀਂ ਜਾਂਦੇ ਯਾਰ। ਵਾਹ 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 ਦੋਸਤੋ, ਸਮਾਰਟ ਟੈਡੀ ਕਬੂਤਰ ਹੈਗਾ, ਐਸਾ ਜੀ ਇਹਨੂੰ ਇਨਸਾਨ ਹੀ ਕਵਾਂਗੇ ਨਾ। ਲੋ ਜੀ ਦੋਸਤੋ, ਲੈਂਥਾਂ ਚੈੱਕ ਕਰੋ, ਕਿਆ ਬਾਤ, 40 ਨੰਬਰ, ਵਾਹ ਬਹੁਤ ਆਲਾ। ਅੱਛਾ, ਇਨਸਾਨਾਂ 'ਚ ਅਨੋਖੀ ਬਿਊਟੀ ਹੈਗੀ ਦੂਸਰੇ ਡੈਡੀਆਂ ਨਾਲ, ਉਸਾਈ
जिंदगी का कबूतरबाजी की जिंदगी का फेवरेट या यादगार वाकया कि रहा कि यार वो बाजी वाले दिन कोई अनोखा ही काम होया सी। अक्सर जी यहोजे यादगार कई दफा मिसाल बनी। एक दफा तीसरी बाजी ढाई जेठ से सन भी नाल नाल दसना सन मेरे हिसाब से 16 सी हाँ तकरीबन 16 सी सन बाजी ढाई तो साढ़े पांच पला मारिया साढ़े पांच बजे नेर तो बारिश आ गई शाहकाली। उस दिन बड़े लोगों के कबूतर गर्क हुए सन क्योंकि अद्धे घंटे बाद शाहकाली कटा आ गई तो कबूतर चले गए सत्त लोगों के कबूतर चले गए। साडा उस दिन एक ही कबूतर आया एक ही आया ही सत्ते चले गए एक आ गया कितों एक दो बजे। ओ जी अगों जदों कबूतर डाए तो चौथी बाजी वाले दिन असीं सारिआं नूं तीन तीन विन कीते चौथी बाजी वाले दिन हुण कबूतर बाकी सन सिर्फ सत्त जिहड़े डाउणे सन। तो एक मेरा बड़ा फेवरेट कबूतर सी उहदा नां सी रख्या सी कालू शाहपुरिया। वो मैं बाजी जिहनी सी पाया मैं यार कबूतर प्यार वाला ते चलो जोड़ां च पा लांगे कबूतर चंगे काला सी वो जीरा सी कबूतर गोल्डन सी ते जीरा सी बड़ा गोल्डन सी। फिर चौथी बाजी वाले दिन असीं पाया फिर कबूतर सवा छे बजे बैठा साडा वो रखिया जोड़िया रखिया फिर भी नहीं दित्तियां फिर दित्तियां हाँ तां मारदे रहे ते फिर तो उहदी हर ही शाम दी सी तो मैं पिछे रोक लिया मैं यार एडा डबल कबूतर है तो चलो जावां कि बाजी अड़ गई तो उन्हूं पा देंगे तो जां जोड़ियां ला लांगे। उस कबूतर ने फिर मजा दिता ही उस दिन के सारे लोगों के कबूतर नहीं सुन आए खुला ही निकल के आ गए सारी बाजियां भी जताई। मेन हरीफ तुहाडे केड़े हैगे ने? मेन हरीफ ओ जिहड़े साडे है ने चेयरमैन साहब दे जिहड़े है ने हरीफ ओ ही साडे हरीफ तुहाडे थड़ियां दी बाजी ज्यादा लगदी थड़ियां दी नहीं ओ कट्टी कट्टी बाजी ज्यादा लगदी। अच्छा परां च पर केड़ा जिहड़ा बाहर जांदा होए अंदर जांदा होए स्ट्रेट पर होए पर चलदा सारे कबूतर जिन्हें ला रखे ने पर चलदा नौवां दसवां बराबर शेप भी साज कुछ मैटर करदी है जिहड़ी शेप ਇੰਜ ਬਾਹਰ ਨੂੰ ਜਾ ਰਹੀ ਅੰਦਰ ਨੂੰ ਆ ਰਹੀ ਸਟ੍ਰੇਟ ਸ਼ੇਪ ਆਉਂਦੇ ਹੈ ਦੇਖੋ ਨਾ ਮੇਰਾ ਕਬੂਤਰ ਤੇ ਇਹ ਤੁਹਾਡੇ ਜਿੰਨੇ ਵੀ ਆ ਰਹੇ ਉਹਨਾਂ ਦੀ ਬਾਹਰ ਨੂੰ ਸ਼ੇਪਾਂ ਜਾ ਰਹੀ ਕਿਸ ਕੀ ਫੈਕਟਰ ਹੈ ਸ਼ੇਪ ਦਾ ਸਾਡੇ ਕਬੂਤਰ ਜਦੋਂ ਡਾਈਏ ਨਾ ਤੇ ਇਹ ਇੱਕ ਦੋ ਕੰਡੇ ਸਾਹਮਣੇ ਆ ਕੇ ਵੀ ਖੋ ਜਾਂਦੇ ਨੇ। ਅੱਛਾ ਇਹ ਸ਼ੇਪ ਵਾਲੇ ਸਾਹਮਣੇ ਵੀ ਖਲਾਉਂਦੇ ਇਹ ਜਿਹੜੇ ਆ ਕਬੂਤਰ ਨੇ ਨਾ ਤਕਰੀਬਨ ਅਕਸਰ ਵੇਖਿਆ ਬਾਦੀ ਜੇ ਫੜਕਾਂ ਦੀ ਵੇਖਿਆ ਦੋ ਦੋ ਘੰਟੇ ਸਾਹਮਣੇ ਆ ਕੇ ਉੜ ਜਾਂਦੇ ਕਈ ਕਬੂਤਰ ਨੇ ਉੱਤੋਂ ਲਗੇ ਆਉਂਦੇ ਨੇ ਅਤੇ ਆਣ ਕੇ ਸਿੱਧੇ ਬੈਠ ਜਾਂਦੇ ਇਹਨਾਂ ਦੀ ਆਹ ਆਦਤ ਹੈ ਕਿ ਜਦੋਂ ਇਹਨਾਂ ਨਿਕਲਣਾ ਨਾ ਉਹ ਸਾਡੇ ਦੋ ਘੰਟੇ ਢਾਈ ਘੰਟੇ ਡੇਢ ਘੰਟਾ ਸਾਹਮਣੇ ਆ ਕੇ ਬੈਠੇ। ਵਾਹ ਇਹ ਵੀ ਇੱਕ ਫੈਕਟਰ ਹੈ ਇਸ ਸ਼ੇਪ ਇਹ ਵੀ ਨਾਰੇ ਉੱਡਦਾ ਪਿਆ ਫਿਲਹਾਲ ਤੁਸੀਂ ਸਰਦੀ ਗਰਮੀ ਕੁੱਟਦੇ ਹੋ? ਹਾਂਜੀ 12 ਮਹੀਨੇ ਖੱਪੇ ਪਾ ਕੇ ਕੁੱਟੀ ਜਾਂਦੇ ਹੋ। ਕਿਆ ਬਾਤ ਹੈ ਮਾਸ਼ਾਅੱਲਾ ਉਹਦਾ ਕਿਹੜੇ ਕਬੂਤਰ ਨੇ ਗੋਲਡਨ ਮੀਆਂ ਸਾਹਿਬ ਵਾਲੇ ਇਹਨਾਂ ਦੇ ਵੀ ਬਹੁਤ ਜਿਹੇ ਨਾਂ ਦਿੱਤੇ ਹੋਏ ਨੇ ਸਲੇਟੇ ਵੀ ਕੱਢਦੇ ਨੇ। ਐ ਵੇਖੋ ਨਾ ਉਸਤਾਦ ਹੋਰਾਂ ਨੇ ਜਿਹੜੀ ਗੱਲ ਕੀਤੀ ਨੌਵਾਂ ਦੱਸੋ ਹੀ ਪਰ ਬਰਾਬਰ ਹੈਗਾ ਅੱਠਵਾਂ ਕਿੱਥੇ ਲੱਗਾ ਹੋਇਆ ਅਤੇ ਇਹ ਸੱਤਵਾਂ ਵੇਖੋ ਕਿੱਥੇ ਜਾ ਰਿਹਾ ਐ ਪਰ ਬਾਜ਼ੀ ਮਾਸ਼ਾਅੱਲਾ बड़े ही रेशम कबूतर ने यार यकीन मनो बड़े ही तार कबूतर है यह तार जल्दी कबूतर नज़र नहीं आते उड्डन वाला कबूतर वैसे ही गंदा पीला बड़ा आया होता भी उड़ाते पे जेड़े आ रहे सारे वो बस दो जोड़िया ले आए ने पहले ਇਹਦੇ ਟੈਡੀ ਵੀ ਵਿੱਚ ਪਿਆ। ਹਾਂਜੀ ਟੈਡੀ ਵੀ ਪਿਆ ਦੇਖੋ ਦੋਸਤੋ ਜ਼ਰਾਤ ਦੀ ਭਰਮਾਰ ਹੈਗੀ ਜਾਂਦੀ ਅੱਖਾਂ 'ਚ
हर किस्म के जरात है अखा च, क्या बात है माशा, स्क्रीन शूट करने वाला काम है कह दी अखा च। पुख्तगी या मजबूती दा उस्ताद जी किस तरह पता लगेगा यार आया कबूतर पुख्ता है मजबूत है? ऐस कबूतर नूं वेख के समझ लो मजबूती पुख्ती की डार जो मर्जी समझो हर चीज अंदर हर चीज ऐस कबूतर की इहदा कोई नां भी ते होएगा? ਇਹਨਾਂ ਦਾ ਨਾਂ ਜੀ ਇਹਦੇ ਪਿਓ ਦਾ ਨਾਂ ਸੀ ਸ਼ੇਰੂ ਰੱਖਿਆ ਸੀ। ਵੈਸੇ 20 ਨੰਬਰ ਬਰੀਡ ਕਰਾਉਂਦੀ ਹੈ 20 ਨੰਬਰ ਉਹ ਚੋਈ ਸਾਹਿਬ ਵਾਲੇ ਨੇ ਚੋਈ ਸਾਹਿਬ ਵਾਲੇ। ਅੱਛਾ ਇੱਕ ਹੋਰ ਚੀਜ਼ ਸਾਨੂੰ ਕਿਸੇ ਦੋਸਤ ਨੇ ਬੜੇ ਅਰਸੇ ਪਹਿਲੇ ਕਹੀ ਸੀ ਚੋਈ ਸਾਹਿਬ ਵਾਲੇ ਕਬੂਤਰ ਨੂੰ ਤੇ ਮੀਆਂ ਸਾਹਿਬ ਵਾਲਿਆਂ ਨੂੰ ਟੈਡੀਆਂ ਨੂੰ ਸਪੈਸ਼ਲੀ ਮਿਲਾਇਆ ਜਾਏ ਤੇ ਰਿਜ਼ਲਟ ਦਾ ਐਂਡ ਹੋ ਜਾਂਦਾ। ਕਿਆ ਤੁਹਾਡੇ ਨਜ਼ਦੀਕ ਵੀ ਕੋਈ ਇਹੋ ਜਿਹਾ ਤਜਰਬਾ ਆਇਆ? ਇਸੇ ਤਰ੍ਹਾਂ ਜੀ ਕੋਈ ਸ਼ੱਕ ਨਹੀਂ ਜੋ ਵੀ ਉਹ ਦੋਸਤ ਨੇ ਕਿਹਾ ਸਾਡੇ ਉਸਤਾਦ ਅੱਲਾਹ ਤਾਲਾ ਉਹਨਾਂ ਨੂੰ ਸਿਹਤ ਦੇ ਉਹ ਵੀ ਇਹੋ ਹੀ ਫਰਮਾ ਦੇ ਮੈਨੂੰ ਕੱਲ੍ਹ ਆਏ ਸਨ ਮੇਰੇ ਕੋਲ ਇੱਥੇ ਬੈਠੇ ਜਾਂ ਉਸਤਾਦ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਆਏ ਸਨ ਉਹਨਾਂ ਨੂੰ ਕਬੂਤਰ ਵੀ ਦੋ ਚਾਰ ਦਿਖਾਏ ਨੇ ਅਤੇ ਜਦੋਂ ਚੌਰੀ ਸਾਹਿਬ ਵਾਲਾ ਅਤੇ ਮੀਆਂ ਸਾਹਿਬ ਵਾਲਾ ਕਰਾਸ ਆ ਜਾਂਦਾ ਫੌਰਨ ਦੱਸਦੇ ਸਨ ਇਹ ਟੱਚ ਕੀਤਾ ਮਾਂ ਜੀ ਕੀਤਾ ਟੱਚ ਅਤੇ ਉਹ ਹੁਣ ਇਸ ਤੋਂ ਅੱਗੇ ਕਬੂਤਰ ਬਹੁਤ ਪਤਾ ਦਿਖਾਉਣੇ ਉਹ ਵੀ ਕਬੂਤਰ ਵਾਹ ਵਾਹ ਇਹ ਆ ਵੀ ਬਹੁਤ ਉੱਡੇ ਨੇ ਸਾਡੇ ਅਤੇ ਜਦੋਂ ਇਹਨਾਂ ਨੂੰ ਲਾਲ ਅੱਖ ਨਾਲ ਟੱਚ ਕਰਦੀ ਹੈ ਨਾ ਫਿਰ ਇਹਨਾਂ ਵਾਸਤੇ ਅੱਲਾਹ ਦੇ ਫਜ਼ਲ ਨਾਲ ਜੇਠ ਦੀ ਦਿਹਾੜੀ ਜਿਹੜੀ ਇਹਨੂੰ ਐਵੇਂ ਜਿਵੇਂ ਚੇਤਰ ਜੋੜਦੇ ਪਏ। ਵਾਹ ਕੀ ਬਾਤ ਹੈ ਕੀ ਬਾਤ ਹੈ। ਜੇਠ ਦੀਆਂ ਪਰਵਾਦਾਂ ਦੇ ਵਿੱਚ ਇਹਨਾਂ ਦਾ ਬੱਚਾ ਜਨਾਬ 7-5 ਅਤੇ 7-27 ਅਤੇ 7-42 ਦੇ ਮੋਹਰ ਲਵਾ ਕੇ ਬੈਠਾ। ਲੋ ਦੋਸਤੋ ਸੁਣ ਲਓ ਪੱਟ ਕੇ ਸਰੀ ਕੀਤਾ ਸੀ ਅਸੀਂ ਇਸ ਕਬੂਤਰ ਦਾ ਇੰਨਾ ਰਿਜ਼ਲਟ ਹੈ ਔਰ 3 ਨੰਬਰ ਉਸਤਾਦ ਹੋਣਾ ਨੇ 20 ਨੰਬਰ 20 ਨੰਬਰ ਮੈਂ ਆਪਣੇ ਸ਼ਗਿਰਦਾਂ ਨੂੰ ਬੜੇ ਦਿੱਤੇ ਨੇ ਦੇ ਪੱਟੀ ਛੋਟੇ ਮਾਏ ਕਰ ਲਓ ਚੋਕੇ ਦੇ ਵਧਾ ਲਓ ਜਿੰਨੇ ਹੀ ਵਰਦੇ ਨੇ। ਲੋ ਦੋਸਤੋ ਚੈੱਕ ਕਰੋ ਕੀ ਅਜ਼ੀਮ ਕਬੂਤਰ ਹੈਗਾ ਜੀ। ਹਾਂ ਜੀ ਹੈਲੋ ਮਾਸ਼ਾ ਅੱਲਾ ਵਾਲੇਕੁਮ ਸਲਾਮ ਪਰ ਚੈੱਕ ਕਰੋ। ਹਾਂ ਜੀ ਹਾਂ ਜੀ ਡੇਰੇ ਖੁਸ਼ਕ ਪੰਜੇ ਖੁਸ਼ਕ ਤਾਰ ਕਬੂਤਰ ਅਤੇ ਖੁਸ਼ਕ ਪੰਜੇ ਇਹ ਵੀ ਇੱਕ ਫੈਕਟਰ ਹੈ। ਦੇਖੋ ਨਾ ਦੋਵੇਂ ਦੋਨੇ ਇਹਨਾਂ ਦੀ ਮਾਂ ਇੱਕ ਹੈ ਜਿਹੜਾ ਅੱਗੇ ਵੱਡਾ ਕਬੂਤਰ ਹੋਇਆ ਪਿਓ ਲੈਦਾ ਲੱਗਦਾ ਇਹਨਾਂ ਦੇ ਜਿਹੜਾ ਸਭ ਤੋਂ ਵੱਡੇ ਪਹਿਲੇ ਆਇਆ ਸੀ ਉਹ ਚੋੜਾ ਆ ਕਬੂਤਰ ਮਾਂ ਇਹਨਾਂ ਦੀ ਇੱਕੇ ਮੀਆਂ ਰੂਪ ਸਾਹਿਬ ਵਾਲੀ ਪਿਓ ਲੈਦਾ ਲੈਦਾ ਅਤੇ ਇਹਨਾਂ ਦੇ ਵੇਖ ਲਓ ਸਿਰ ਇਹਨਾਂ ਜਿਹੜਾ ਸਿਰ ਕਿਸੇ ਕਬੂਤਰ ਤੁਹਾਨੂੰ ਤੁਸੀਂ ਦੇਖੋ ਇਹ ਕਿਹੜੇ ਹੀ ਨੋਨ ਇਹ ਲਾਇਆ ਤਾਂ ਅਸੀਂ ਟੈਡੀ ਜੋੜਾ ਇਹਦੇ ਵਿੱਚ ਇਸ ਤਰ੍ਹਾਂ ਦੇ ਕਰਦੇ ਨੇ ਲਾਲ ਅੱਖਾਂ ਕਬੂਤਰੀ ਅੱਛਾ ਮੀਆਂ ਸਾਹਿਬ ਵਾਲੇ ਟੈਡੀਆਂ ਲਾਇਆ ਲਾਲਪੁਰੀ ਕਬੂਤਰੀ ਹੈ ਅਤੇ ਟੈਡੀ ਕਬੂਤਰ ਹੈ क्या बात है माशाल्लाह खूबसूरती भी बहुत आ गई है ते परवाजा ते मजबूतियां भी आ गई है। क्या बात है माशाल्लाह वाह वाह वाह। हाँ जी उस्ताद मोहतरम केड़े कबूतर आए ने टैडी? अच्छा लोकी जेड़े वहा रहे होंगे ने टैडी चिट्टियां प्लेन अखां दे होंगे ने तुहाडे को एक भी प्लेन अख चिट्टी दा नहीं आया? मेरे अक्सर दोस्त ਮੈਨੂੰ ਮੇਰੇ ਸ਼ਗਿਰਦ ਜਾਂ ਦੋਸਤ ਜਿਹੜੇ ਪਿਆਰ ਪਿਆਰ ਵਾਲੇ ਨੇ ਉਹ ਅਕਸਰ ਆਉਂਦੇ ਨੇ ਤਾਂ ਆਉਂਦੇ ਨੇ ਜੀ ਤੁਹਾਡੇ ਜਿਹੜੇ ਟੈੜੇ ਕਬੂਤਰ ਹੈ ਨਾ ਇਹਨਾਂ ਦੀ ਸਫੈਦੀ ਕੋ ਨਹੀਂ ਹੈਗੀ ਨੀਲਮ ਜ਼ਿਆਦਾ ਆ ਗਈ ਗਹਿਰੀਆਂ ਜ਼ਿਆਦਾ ਹੋ ਗਈਆਂ ਸਫੈਦੀ ਲਿਆਓ। ਮਾਂ ਜੀ ਤੁਹਾਨੂੰ ਤੁਹਾਡੀ ਸਫੈਦੀ ਮੁਬਾਰਕ ਹੋਵੇ
ਸਾਨੂੰ ਸਾਡੀ ਲੀਲਾ ਮੁਬਾਰਕ ਹੋਵੇ। ਪਤਾ ਹੈ ਕਿ ਅਸੀਂ ਇਹਨਾਂ ਨੂੰ ਕੀ ਕਰਨਾ ਜਾਂ ਕੀ ਇਹ ਕਬੂਤਰਾਂ ਨੇ ਕਰਨਾ। ਵਾਹ ਵਾਹ ਵਾਹ, ਇਹਨਾਂ ਦਾ ਅੱਛਾ ਰਿਜ਼ਲਟ ਹੈ, ਬਹੁਤ ਅੱਛਾ ਰਿਜ਼ਲਟ ਹੈ। ਉੱਡਦਾ ਵੀ ਅਜੇ ਲੋਏ ਦੋਸਤੋ, ਇਹ ਕਿਸੇ ਕੋਲ ਪਿਆ ਹੁੰਦਾ ਤਾਂ ਇਹਨੇ ਜੋੜਾ ਹੀ ਪਾਉਣਾ ਸੀ ਸਿੱਧਾ। ਉਸਤਾਦ ਹੋਰੀ ਜੋੜਿਆਂ ਵਾਲੇ ਡਾ ਰਹੇ ਨੇ, ਅਤੇ ਇਹ ਫਿਰ ਕਬੂਤਰ ਕਿੱਥੇ ਰਹਿ ਗਿਆ? ਇਹ ਜੇ ਨੀਲਮ ਵਾਲੇ ਟੈਡੀ ਆਏ ਨੌਵਾਂ ਦਸਵਾਂ ਵੇਖ ਲਓ, ਅੱਠਵਾਂ ਵੀ ਵੇਖ ਲਓ, ਸੱਤਵਾਂ ਵੀ ਵੇਖ ਲਓ, ਕਿੱਥੇ ਜਾਗ ਲੱਗਾ ਆ। ਖੱਪੇ ਪਾਉਣ ਵਾਸਤੇ ਕਿੰਨੇ ਕੁ ਪਾਰ ਖੱਪੇ ਪਾਉਣੇ ਚਾਹੀਦੇ ਨੇ? ਅਸੀਂ ਭਲਵਾਨ ਜੀ ਪਹਿਲੇ ਪੰਜ ਪੰਜ ਪਾਈਦੇ ਨੇ, ਪੰਜ ਪੰਜ ਛੱਡ ਕੇ ਤਿੰਨ ਤਿੰਨ, ਫਿਰ ਜਿਵੇਂ ਜਿਵੇਂ ਜ਼ਿਆਦਾ ਹੁੰਦਾ ਜਾਂਦਾ ਹੈ ਮੋਢਿਆਂ ਵਾਲੇ ਦਾਂਤ ਕਰਨਾ ਸ਼ੁਰੂ ਕਰ ਦਿੱਤੇ ਨੇ। ਜਿਹਦਾ ਪੰਜ ਪੰਜ ਛੱਡ ਕੇ ਪੰਜ ਪੰਜ ਕੱਟੀਦੇ ਨੇ, ਜੇ ਫਿਰ ਵੀ ਕਾਬੂ ਨਾ ਆਵੇ ਤਾਂ ਫਿਰ ਕੰਨੀ ਵਾਲੇ ਦਾਂਤ ਸ਼ੁਰੂ ਹੋ ਜਾਈਦਾ ਇਸ ਪਾਸੋਂ। ਹਾਂ, ਫਿਰ ਛੇ ਚਾਰ ਚਾਰ ਛੱਡ ਕੇ ਛੇ ਛੇ ਕੱਟ ਦਿੱਤੇ ਨੇ, ਘੰਟਾ ਡੇਢ ਘੰਟਾ ਡੇਢ ਹੀ ਲਾਉਂਦੇ ਰਹੇ ਨੇ ਬੜਾ। ਤਾਂ ਕਬੂਤਰ ਰਨਿੰਗ 'ਚ ਰਹੇ, ਰਨਿੰਗ 'ਚ ਰਹੇ, ਬਾਹਰ ਧੁੱਪ ਸੇਕਦਾ ਰਹਿਣ ਨਾਲੇ ਹੁੰਦੇ ਹੁੰਦੇ ਗਰਮ ਰਹਿਣ, ਰਨਿੰਗ 'ਚ ਰੱਖਣਾ ਹੀ ਉਹਨੂੰ ਫਨਕਾਰੀ। ਇੱਕ ਨਾ ਹੁੰਦੇ ਸੀ ਦੋ ਖੰਭ ਦੇ ਕਤਰੇ ਉੱਤੇ ਅੜੀ ਤਰਤਾਲੀ ਨੰਬਰ, ਇਹ ਵੀ ਇਨਸਾਨ ਆਇਆ ਸਾ ਜੀ। ਹਾਂਜੀ, ਇਹ ਵੀ ਇਨਸਾਨ ਆਇਆ। ਦੋਸਤੋ ਖੂਬਸੂਰਤੀਆਂ ਵੇਖ ਲਓ, ਪਰਵਾਜ਼ਾਂ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਲਓ। ਇਹ ਜੋੜਿਆਂ ਵਾਲਾ। ਅੱਛਾ ਸਰ ਜੀ, ਹਰ ਜਗ੍ਹਾ ਇੱਕ ਧੁੰਮ ਚੱਲੀ ਹੋਈ ਹੈ, ਸਮਾਰਟ ਕਬੂਤਰ ਛੋਟਾ ਕਬੂਤਰ, ਸਮਾਰਟ ਕਬੂਤਰ ਛੋਟਾ ਕਬੂਤਰ। ਤੁਹਾਡੇ ਨਜ਼ਦੀਕ ਇੰਜੋ ਹੈ ਕਿ ਥੋੜ੍ਹਾ ਜਿਹਾ ਭਾਰਾ ਵਜੂਦ ਦਾ ਕਬੂਤਰ, ਥੋੜ੍ਹੇ ਵੱਡੇ ਵਜੂਦ ਦਾ ਕਬੂਤਰ ਵੀ ਉੱਡ ਗਿਆ ਹੈ ਜੀ? ਇਸੇ ਤਰ੍ਹਾਂ ਹੋਇਆ। ਕਿਹੜਾ ਉਹ ਕਬੂਤਰ ਹੋਇਆ? ਉਹਦਾ ਜ਼ਿਆਦਾ ਭਾਰੇ ਵਜੂਦ ਦੇ ਕਬੂਤਰ ਉੱਡੇ ਨੇ ਤੁਹਾਡੇ ਕੋਲ? ਭਾਰੇ ਵਜੂਦ ਦੇ ਕਬੂਤਰ ਜ਼ਿਆਦਾ ਉੱਡੇ ਨੇ। ਅੱਛਾ, ਜਿਹਨਾਂ 'ਚ ਜਿਵੇਂ ਇਹਦਾ ਛੋਟਾ ਵਜੂਦ ਹੈ ਨਾ, ਇਸ ਵਜੂਦ ਦੇ ਬੜੇ ਘੱਟ ਕਬੂਤਰ ਉੱਡੇ ਨੇ। ਇਹ ਵੇਖੋ ਨਾ, ਇਹ ਵਜੂਦ ਦੇ ਕਬੂਤਰ ਸਾਡੇ ਕੋਲ ਉੱਡੇ ਨੇ। ਹਾਂ, ਭਾਰੇ ਵਜੂਦ ਦੇ ਕਬੂਤਰ। ਇਹ ਠੀਕ, ਇਹ ਭਾਰਾ ਨਹੀਂ ਹੋਏਗਾ, ਦਰਮਿਆਨਾ ਹੀ ਹੋਏਗਾ, ਜ਼ਿਆਦਾ ਭਾਰਾ ਨਹੀਂ, ਮਤਲਬ ਗੋਸ਼ਖੋਰਾ ਨਹੀਂ ਹੋਏਗਾ। ਜੋੜਿਆਂ ਦਾ ਨਹੀਂ ਹੈ ਉੱਧਰ ਦਾ, ਜਿਹੜੇ ਉਡਾ ਲੈਂਦੇ ਹੋ ਨਿਚੋੜ ਕੱਢ ਲੈਂਦੇ ਹੋ ਫਿਰ ਜੋੜਿਆਂ 'ਚ ਹੀ ਕਰਦੇ। ਇਹ ਕਿਹੜਾ? ਮਾਨਕ ਪਿੰਡ ਜੋੜਾ ਆਉਂਦਾ ਤਕਰੀਬਨ, ਪਿੰਡ ਦਾ ਨਾਜ਼ਮ ਨਹੀਂ, ਮੁੰਡੇ ਦਾ ਨਾਂ ਨਾਜ਼ਮ ਹੈ, ਮਾੜਾ ਹੀ ਹੈ ਵਿਚਾਰਾ, ਦੋਸਤ ਹੈ ਸਾਡਾ, ਉਹਦਾ ਨਾਂ ਨਾਜ਼ਮ। ਲੋਈ ਦੋਸਤੋ, ਮਜ਼ਾ ਆ ਗਿਆ ਇਸ ਕਬੂਤਰ ਦਾ, ਨਸ਼ਾ ਕਰਾਤਾ ਇਸ ਕਬੂਤਰ ਨੇ, ਬੜਾ ਸਿੰਪਲ ਹੀ ਆ ਕਬੂਤਰ, ਲੇਕਿਨ ਕੁਆਲਿਟੀਆਂ ਨਾਲ ਭਰਿਆ ਆ। ਕਲਰ ਇਹਦੇ ਭਾਵੇਂ ਸਿੰਪਲ ਹੋਣ, ਲੇਕਿਨ ਬਹੁਤ ਕੁਆਲਿਟੀ ਵਾਲਾ ਕਬੂਤਰ। ਕਿਆ ਬਾਤ, ਮਾਸ਼ਾਅੱਲਾ, ਇੰਜ ਫਰੰਟ ਤੋਂ ਐਡਾ ਚੌੜਾ ਕਬੂਤਰ, ਪਿੱਛੋਂ ਜਾ ਕੇ ਮੁੱਕ ਗਿਆ। ਖੁਸ਼ਕ ਪੰਜੇ, ਹੱਡੀ ਦਾ ਵੀ ਪੂਰਾ, ਹੱਡੀ ਵੀ ਇੰਝ ਕਸ਼ਤੀ ਨੂੰ ਮਾਇਆ ਗੋਲ ਕਹਿ ਲਓ, ਅਤੇ ਨਾਲ ਹੀ ਜੋੜ ਲੱਗੇ ਹੋਏ ਅਤੇ ਬੰਦ ਜੋੜ, ਇਹ ਵੀ ਸੂਤਰ ਦਾ ਹੀ ਵਾਇਆ। ਇੰਨਾ ਕੁ ਹੋਣਾ ਚਾਹੀਦਾ ਸਾ ਜੀ? ਜੋੜਾਂ ਦਾ ਕੀ ਫੰਕਸ਼ਨ ਹੈ ਅੱਜ ਕੱਲ੍ਹ? ਬੜਾ ਚੱਲਿਆ ਅੱਜ ਕੱਲ੍ਹ, ਬੜੀ ਬਹਿਸ ਚੱਲੀ, ਬਹਿਸ ਚੱਲੀ ਹੈ, ਅਤੇ ਵੈਸੇ ਅਸੀਂ ਕਬੂਤਰ ਦੀ ਨਸਲ ਵੇਖਣੇ ਆ, ਪਰ ਵੇਖੀ ਤਾਂ ਜੋੜ ਲਏ ਅਸੀਂ ਤਵੱਜੋ ਨਹੀਂ ਦਿੰਦੇ, ਵੇਹਣਿਆ ਕਿ ਸਾਡਾ ਇਹਦਾ ਮਾਂ ਕਿਹੜੀ ਨਸਲ ਦੀ ਸੀ, ਇਹਦਾ ਪਿਓ ਕਿਹੜੀ ਨਸਲ ਦਾ ਸੀ, ਅਤੇ ਇਹਦਾ ਚਾਚਾ ਕਿੰਨਾ ਉੱਡਿਆ ਅਤੇ ਆਪ ਕਿੰਨਾ ਕੁ ਉੱਡਿਆ, ਅੱਗੋਂ ਮਾਦੇ ਵੀ ਵੇਖ ਲਈ ਦੀ ਵੀ ਇਹ ਕਿੰਨਾ ਉੱਡੀ ਸਾਡੀ। ਜ਼ਿਆਦਾ ਜੋੜਾਂ ਵੱਲ ਧਿਆਨ ਨਹੀਂ ਦਿੰਦੇ, ਨਸਲ ਨੂੰ ਜ਼ਿਆਦਾ ਤਰਜੀਹ ਦਿੰਦੇ ਯਾਰ, ਸਾਡੀ ਕਿਹੜੀ ਨਸਲ ਹੈ, ਇਹ ਵੀ ਜੋੜੇ ਵਾਲਾ ਕਬੂਤਰ ਯਾਨੀ ਬਾਹਰ ਕੱਢਿਆ। ਪਹਿਲਾ ਹੀ ਕਬੂਤਰ ਆਇਆ ਜਿਹੜਾ ਥੋੜ੍ਹਾ ਬਹੁਤਾ ਗੰਦਾ ਭਲਾ ਲੱਗਦਾ, ਪਰਾਂ ਤੋਂ ਬਸ, ਵੈਸੇ ਨਹੀਂ। ਇਹ ਡਬਲ
पर लेकिन जे पूरा लैस हो ना बड़े बुला भरने बड़ा बुला कबूतर है मादी है ना नारे बड़ा इंज ना उन्हें बड़ा बलकाया हो शोल्डर भी बड़े बार है उड़ता पे उड़। अच्छा अच्छा सही मजा आ गया जेनुइन मजा आया थोड़े पुतला शौक वाह क्या बात है माशाल्लाह ना करो उस्ताद जी इत्थे किसे अंगल तो नहीं हुंदा भरा लगता ना उहदा रंग मिलता ना उहदी बाडी मिलती उहदे नाल इन्नी चेंजिंग किवें आ गई उस्ताद जी एक सवाल है इह वी भरा है ते चेंजिंग इन्नी किवें लेकिन तर बहुत ज्यादा है बड़ा ज्यादा रेशम है। अच्छा जौंसरे कबूतर मैं वेखे ने बड़े बड़े रेशम के तर कबूतर हुए जौंसरे हो गए चिट्टे वैशी हो गए अगर किसी को पे रहे ना तो बड़े रेशम कबूतर ने क्या बात है माशाल्लाह क्या बात तुहाडे अपने फेवरेट इन्हां चों किहड़े ने जिन्हां तुसीं कहिंदे यार ए मेरी जिगर जान हैगे ने मेरे फेवरेट लाल अखे लाल अखे लाल अखियां च वी कैटेगरी हैगी नस्लां हैगियां गोल्डन कबूतर जिहड़े ने सिर्फ गोल्डन ही अच्छा जिन्हां को नहीं ना चंगे गए वो लाल अखियां नूं नहीं जमांदे और जिन्हों को चंगे गए ने कहते लाल अख तो वो कोई शाय नहीं लाहौर सारा ही जरा टैड़िया पिछे जिन्ना अपना लाहौर हाँ तकरीबन टैड़िया ज्यादा पसंद करते मैं अपने घर की गल तो दस ना मेरे ताया जी वह नहीं पसंद करते लाल अखे कबूतर शुरू से उन्होंने गोल्डन रखे से जो बिल्कुल ही सफेद ही तो जौंसरे गोल्डन नहीं होंगे लाल सूईया अखा वो उन्होंने रखे हुए एक तो हिटा बड़िया मार रहे दूसरा जाया बड़े होंगे से बड़ी उन्होंने संभाल संभूल के लिया पैदा इस तरह के कबूतर साजी किस तरह का कबूतर या कबूतरी देनी चाहिए जो कंट्रोल हो टैडी 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 कंट्रोल होंगे सलारा टैडी सलारा टैडी सलारा टैडी अच्छा ए मध्यम कबूतर ने ਐਮ ਸਾਹਿਬ ਜੀ ਮੱਧਮ ਕਬੂਤਰ ਨੇ ਉਹਨਾਂ ਦੇ ਹਿਸਾਬ ਨਾਲ ਸਲਾਰੇ ਇਹ ਵੀ ਸਲਾਰਾ ਆ ਇਹ ਕਿਹੜੇ ਕਬੂਤਰਾਂ ਚੋਂ ਇਹ ਇਨਸਾਨ ਉਹਨਾਂ ਦਾ ਪਿਓ
माँ जी डब वाली लाई लाल तू शुरुआती जो मियाँ साहब वाले कबूतर आए ने किधरों आए ना मियाँ रऊफ साहब को मियाँ रऊफ साहब को ठीक हो गया लो दोस्तों कबूतर इंसान इंसान का प्यो है माँ डब वाली उन्हें किसी एंगल तो लग नहीं रहा कि डब वाला जो पिया है हो सकता अगो बच्चे कट दे बच्चे चपड़े कट दा जी बिल्कुल चपड़े ना यार सच लाई रखा चपड़े कट दे डब वाली माती ना लाया चपड़े बच्चे कट मैं भी डाने यार वाह 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 क्या कुंदा इस कबूतर नु लगा है ਪਰਾਂ ਦੀ ਅਟੈਚਮੈਂਟ ਵੇਖੋ ਪਰਾਂ ਨੇ ਕਿਵੇਂ ਗ੍ਰਿਪ ਕੀਤੀ ਹੋਈ ਹੈ ਪਰਾਂ ਨੂੰ ਔਰ ਇਹ ਲਾਲ ਛੇਡ ਇੰਨਾ ਚਾਹ ਰਿਹਾ ਕੀ ਬਾਤ ਹੈ ਲਾਲ ਤੂਫਾਨ ਦੱਸਦਾ ਵਿੱਚ ਹੈ ਲਾਲ ਤੂਫਾਨ ਵਿੱਚ ਹੈਗਾ ਨਾ ਸਾਈਜ਼ ਵਾਲੇ ਕਬੂਤਰ ਨੇ ਪੂਰੇ ਭਾਈ ਕਬੂਤਰ ਨੇ ਪੁਰਾਣੇ ਸਾਤਜ਼ਾ ਉਹ ਬੜਾ ਪਸੰਦ ਕਰਦੇ ਸੀ ਸਾਈਜ਼ ਵਾਲੇ ਕਬੂਤਰ ਨੂੰ ਅੱਜ ਕੱਲ੍ਹ ਤਾਂ ਉਹਨਾਂ ਨੂੰ ਕਬੂਤਰ ਨਹੀਂ ਪਸੰਦ ਕਹਿੰਦੀ ਨਿੱਕੇ ਨਿੱਕੇ ਕਬੂਤਰ ਨੇ ਇਹਨਾਂ ਨੇ ਕੀ ਖਾਣਾ ਇਹ ਡੱਬ ਵਾਲਾ ਸਰ ਜੀ ਕਿਆ ਬਾਤ ਹੈ ਯਾਰ ਕੈਸੀ ਯੂਨੀਕ ਅੱਖ ਹੈਗੀ ਇੰਨੇ ਜ਼ਰਾਤ ਦੇ ਵਿੱਚ ਅਸੀਂ ਬਹੁਤ ਡਾਰਕ ਅੱਖਾਂ ਵੇਖੀਆਂ ਨੇ ਇੰਨੀ ਲਾਈਟ ਪਿੰਕਿਸ਼ ਅੱਖ ਜਾਂ ਔਰੇਂਜ ਅੱਖ ਨਹੀਂ ਵੇਖੀ ਸੰਦਾ ਵੀ ਸ਼ਹਿਜ਼ਾਦਾ ਹੈਗਾ ਵੇਖੋ ਪਰੀਆਂ ਕਿੱਥੇ ਗਈਆਂ ਨੇ ਬੜਾ ਤਿਲਕਨਾ ਕਬੂਤਰ ਹੈਗਾ ਕਿਆ ਬਾਤ ਹਾਂਜੀ ਸਾਹ ਜੀ ਅਗਲੇ ਰੈਡੀ ਆਲਵੇਜ਼ ਰੈਡੀ ਜੀ ਅਸਲ ਹੀ ਲੈ ਆਇਓ ਮਾਸ਼ਾਅੱਲਾ ਜੀ ਕਿੰਨਾ ਉੱਡਦਾ ਪਿਆ ਜਾਂ ਕਿੰਨਾ ਉੱਡਿਆ ਇਸ ਸਾਲ ਹੈ ਕਬੂਤਰ ਬਹੁਤ ਜ਼ਿਆਦਾ ਉੱਡਿਆ ਬਹੁਤ ਬੜਾ ਮੈਂ ਅਸਲ ਹੀ ਤੁਹਾਨੂੰ ਪੁੱਛਿਆ ਔਰ ਇਹ ਚੋਈ ਸਾਹਿਬ ਵਾਲਿਆਂ ਚੋ ਪਿੱਛੇ ਚੇਅਰਮੈਨ ਸਾਹਿਬ ਵਾਲੀ ਮਾਦੀ ਨਾ ਅੱਗੇ ਹੋਈ ਅੱਛਾ ਉਹ ਇੱਕੋ ਹੀ ਜਿਹੜਾ ਬਲੱਡ ਬਣਾਇਆ ਕੋਈ ਮਾਦੀ ਦੇ ਮਾਦੀ ਇੱਕੋ ਹੀ ਅੱਗੋਂ ਦੀ ਪੱਠੀਆਂ ਪੱਠੇ ਲਾ ਕੇ ਬਣਾਏ ਨੇ ਯਾਰ ਵਾਹ 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 ਕਿਆ ਬਾਤ ਹੈ ਮਾਸ਼ਾਅੱਲਾ ਨਵੇਂ ਦੋਸਤੋ ਕਬੂਤਰ ਬੜਾ ਵੇਖਣ ਵਾਲਾ 20 ਨੰਬਰਾਂ ਦਾ ਕਰਾਸ ਚੇਅਰਮੈਨ ਵਾਲੀ ਮਾਦੀ ਨਾਲ ਦਿੱਤਾ ਅੱਗੋਂ ਸਾਰੇ ਆਉਂਦੇ ਕੋਈ ਦੋ ਤਰ੍ਹਾਂ ਕੋਈ ਪੋਤਰਾ ਹੈ ਕੋਈ ਆਉਂਦੇ ਅੱਗੋਂ ਪੜੋਤੜਾ ਹੈ ਚੌਥੀ ਚੌਥੀ ਪੰਜਵੀਂ ਪੰਜਵੀਂ ਨਸਲ ਇੱਕੋ ਹੀ ਚੱਲਦੀ ਹੁੰਦੀ ਲਾਲ ਨਿਸ਼ਾਨ ਵੇਖੋ ਇਹਦੇ ਸਿਰ ਦੇ ਉੱਤੇ ਇਹ ਹੈ ਹਾਂਜੀ ਵਾਹ ਜੀ ਵਾਹ ਮਾਸ਼ਾਅੱਲਾ ਵਾਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਥੇ ਹੀ ਹੈ ਸਾਂਭਲ ਇੱਥੇ ਹੀ ਹੈ ਕਿੱਥੇ ਵੇ ਕੋਈ ਗੱਲ ਨਹੀਂ ਵੇਖ ਲਾਂਗੇ ਅੱਛਾ ਇੰਨੀਆਂ ਕਿੰਨੀਆਂ ਕੁ ਫੜਕਾਂ ਹੈਗੀਆਂ ਕਿੰਨੇ ਵਜੇ ਤੀਕਰ ਕਿੰਨੀਆਂ ਚੇਤਰ ਤੋਂ ਲੈ ਕੇ ਸਾਹ ਸਿਕਰਾਂ ਦਾ ਬੱਚਾ ਉੱਡਦਾ ਰਿਹਾ ਅਤੇ ਜੇਠ 'ਚ ਵੀ ਬੱਚਾ ਲਾਪਰ ਕੇ ਉਡਾਉਂਦੇ ਰਹੇ ਅਤੇ ਅੱਸੂ 'ਚ ਬਹੁਤ ਲੰਮੀਆਂ ਪਰਵਾਜ਼ਾਂ ਹੁੰਦੀਆਂ ਵਿਸਾਖ ਜਾਂ ਜੇਠ 'ਚ ਕਿੰਨੇ ਵਜੇ ਤੀਕਰ ਪੈਂਦਾ ਸੀ ਆ ਤਕਰੀਬਨ 3-4 ਵਜੇ ਇੰਨੀ ਗਰਮੀ 'ਚ ਐਨੀ ਗਰਮੀ ਵੀ ਮੁਝੇ ਦਿਨ ਸੀ ਬਹੁਤ ਅੱਛਾ ਉੱਡਦਾ ਰਿਹਾ ਬਹੁਤ ਅੱਛਾ ਉੱਡਦਾ ਰਿਹਾ 3-4 ਦਾ ਘਰ ਨਹੀਂ ਇਹਨੇ ਛੱਡਿਆ ਰੋਜ਼ ਫੜਕਾਉਂਦੇ ਆਇਓ ਕਿ ਡੱਕ ਬਾਏ ਡੱਕ ਡੱਕ ਬਾਏ ਡੱਕ ਐਸੇ ਦੀ ਫੈਮਿਲੀ 'ਚ ਹੀ ਹੈ ਐਸੇ ਦੀ ਫੈਮਿਲੀ ਇਹਦੇ 'ਚ ਵੀ 4 ਸਾਲ ਵਾਲਾ ਪਾਰ ਆ ਗਿਆ
उड़न वाले कबूतर काली सिया दुम है की। वाह प्यो है सारे तो वड्डा नारे क्या बात है माशाल्लाह। वाह लो जी दोस्तों इन्हों का सारे जो टैडी ने ना इन्हों का प्यो दादा हैगा ये जदे अमजद हैगा जी और कि नंबर चो चोई साहब दे अच्छा नहीं पता चोरी साहब वाले बड़े घट कबूतर आने बड़ा मजबूत कबूतर है तिखा भी बड़ा बहुत तिखा कबूतर है हच बहुत बुरा बना वैसे भी हच बुरा बना कि मेरे हच ही बुरा बना रहे वैसे बुरा लेकिन बहुत आला साची एंड एंड गेम कबूतर है अच्छा पर जे आ जाते ने वेख रहे हो ना ये जालियाँ टैप ही है कि इन कहते मुछड़े पर हो गए एक कबूतर की क्वालिटी है इस कबूतर से जेडे पर मुछड़ जाते हैं कबूतर पुराने हो गए कहते हो उस तरह नहीं मुछड़े वट नहीं पे है लेकिन वाह जानलेवा कबूतर है थोड़ा जहा संभालन के बारे भी सानू कोई टिप दवो किस तरह संभालना चाहिए कबूतर कबूतर आ के बह गया ਸੀ ਜੇਠ ਚ ਦਾ ਅਸੀਂ ਆਪਣੀ ਸੰਭਾਲ ਤੋਂ ਦੱਸਨੇ ਕਿ ਅਸੀਂ ਜਦੋਂ ਕਬੂਤਰ ਆਣ ਕੇ ਬਹਿਣਾ ਨਾ ਥੋੜਾ ਜਿਹਾ 20 ਤੋਂ 25 ਮਿੰਟ ਉਹਨੂੰ ਕੁਝ ਨਹੀਂ ਕਹਿਣਾ 20 ਤੋਂ 25 ਮਿੰਟ 25 ਮਿੰਟ ਕੁਝ ਨਹੀਂ ਕਹਿਣਾ 20 ਤੋਂ 25 ਮਿੰਟ ਉਹਦੇ ਨਜ਼ਦੀਕ ਵੀ ਨਹੀਂ ਜਾਣਾ ਜਾਲ ਜਿ ਲਾ ਕੇ ਛੱਡ ਦੇਣਾ ਉਸ ਤੋਂ ਬਾਅਦ ਉਹਨੂੰ ਸਾਦੇ ਪਾਣੀ ਨਾਲ ਸਾਂਭਣਾ ਜੇ ਜ਼ਿਆਦਾ ਗਰਮੀ ਤੇ ਅਰਕੇ ਗੁਲਾਬ ਦਾ ਬਣਾ ਲੈਣਾ ਪਾਣੀ ਉਹਦੇ ਨਾਲ ਸਾਂਭਣਾ अरके गुलाब का पानी वो किस तरह बनाया अरके गुलाब लिया के ना सादा पानी पा लिया पहली 5 cc फिर 5 cc फिर 10 cc फिर 10 cc उस तो बाद राजमा पानी पहला पानी देना 5 cc जो हिसाब ला लो नोक लवानी नोक लवानी फिर 5 cc ए नहीं लोना है अद्धे घंटे बाद जाना है 5 cc पानी दिता 2 मिनट बाद चेक करो उन्हें उड के आया हों जो कबूतर उड के आया फौरन ले जाता हों ਜਦੋਂ ਤੁਸੀਂ 5 cc ਪਾਣੀ ਦੇ ਕੇ ਅੱਧੇ ਘੰਟੇ ਬਾਅਦ ਜਾਓਗੇ ਤੇ ਤੁਹਾਡਾ ਕਬੂਤਰ ਖਰਾਬ ਹੋ ਜਾਏਗਾ ਉਹਨੂੰ 2-3 ਮਿੰਟ ਬਾਅਦ ਚੈੱਕ ਕਰਨਾ ਲੈ ਗਿਆ ਫਿਰ 5 cc ਦੇ ਦਿਓ ਫਿਰ 2-3 ਮਿੰਟ ਬਾਅਦ ਚੈੱਕ ਕਰਨਾ ਫਿਰ ਉਹਨੂੰ 10 cc ਪਾਣੀ ਦੇ ਦਿਓ ਫਿਰ ਤੁਸੀਂ 10 ਮਿੰਟ ਬਾਅਦ ਚੈੱਕ ਕਰ ਲਓ ਠੀਕ ਹੋ ਗਿਆ ਇਹ ਤਰੀਕਾ ਕਰ ਇਹ ਪਰਫੈਕਟ ਸੰਭਾਲ ਹੈ ਠੀਕ ਹੋ ਗਿਆ ਉਹਦਾ जल्दी नहीं करनी चाहिए जल्दी ज्यादा दोस्तों ने मेडिसिन आंदी उसे नाल डाई जांदे ने उसे नाल डायरेक्ट के खांदी जांदे ने रिकवरी पिल्स आ गई हैं एहो जियां तरीके बढ़िया आ रही हैं ने कैप्सूल आ गए ने पाउडर आ गए ने पाउडर आ गए सही कर ले ए तरीके का है ना आजकल बहुत यूज हो रहा है पहले बड़ा कबूतर भी देखे ही ना उनका पट्ठा आ गया जरा उनका पट्ठा है
क्या बात, आप भी उठे? कितना उठे? थोड़ा उठे। एह जो भी सर जी कभी सीन होया आप कबूतर घट उठे बच्चे बड़े डांदा है हो जाता। क्या बात है माशाल्लाह जी। लो जी दोस्तों परां दा ते शाहकार हैगा ना। क्या परां दी ट्रेल चलदी भी, वाह क्या बात है माशाल्लाह। नशा आ गया, ब्लड ही बहुत तगड़ा है। हाँ जी उस्ताद जी, हिनो तो टैडी करा, हिनो तो टैडी करा सिर है उन्होंने नालों भी चंगा बना के हिनो च पै के बड़ा गोलमोल जिहा सिर बना के। वाह माशाल्लाह जी क्या बात, खुशक पंजे यार, वाह 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 बहुत ही अल्लाह वाह। उस आई नेक्स्ट थोड़ी प्लानिंग ने कि उत्थे अगर इत्थे ना हिसाब बन पाया तो उत्थे जाना, तो जे इत्थे ही रह गए तो फिर सारा सीजन खेलना, सारा सीजन खेलना। ठीक हो गया, चेतर तो स्टार्ट होना, असू तिकर जाना? नहीं विसाख तो जेठ, विसाख तो जेठ असू वाल नहीं जाते, असू भी डावांगे इंशाल्लाह। चेतर नहीं, चेतर आखिरी ऐतवार डावांगे यार आ रहा है। बाजियां नहीं लागी। लास्ट एक पैगाम दे दो कबूतर बाज भरावां लई, मिठा या कोई भी जो तुहाडे दिल च आंदा पैगाम दे दो। मेरा आखिरी इयो पैगाम उन्हां दोस्तां नूं होवेगा कि जिहड़े तुहाडे रईफ ने उन्हां नाल मुहब्बत करो, प्यार करो ते भाईचारा वधाओ, कबूतर हरण तुसीं ना रहो। वाह बस ऐ सारे दोस्तां वास्ते, शागिर्दां वास्ते, उस्तादां वास्ते पैगाम है। कबूतर हर जन बंदा ना हरे, हाय हाय, क्योंकि मुहालफ रईफ ही तुहाडा शौक कराउंदे ने ते उन्हां नाल प्यार इन्ना को करो कि वो तुहाडी तारीफ करन, कंडियों पिछे भी करन, जे तुसी हार जाओ तो फिर भी तारीफ करन जी बड़े सीनियर स्टाद को हर अही जीते हैं, जे आप हार जाण ते आखण जी कि सीनियर स्टाद को अही हारे। सही गल है, वाह जी वाह। लो जी दोस्तों उम्मीद करना अज की वीडियो, अज का इंटरव्यू, अज का शौक शिकार तुहानू पसंद आया होगा। मिलने नई वीडियो च नए शौक दे नाल, खुदा हाफिज़।